ਲਓ ਵੀ ਆਪਾਂ ਨਿਕਲ ਚੁੱਕੇ ਹਾਂ ਪਿੰਡ ਤੋਂ ਅਤੇ ਹੁਣ ਜਾ ਰਹੇ ਹਾਂ ਮੋਹਾਲੀ ਕੰਮਾਂ 'ਤੇ। ਆ ਪਿੰਡ ਤੋਂ ਨਿਕਲ ਕੇ ਮੈਂ ਆ ਗਿਆ ਭਰਾ ਅਬਲਵਾਲ ਤੱਕ ਪਹੁੰਚ ਗਿਆ। ਅਬਲਵਾਲ ਦੀ ਬੋਲੀ ਆ ਇਹ ਚੌਂਕ ਆ, ਇੱਥੇ ਖਾਣ ਪੀਣ ਦਾ ਵੀ ਮਿਲੀ ਜਾਂਦਾ। ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਭਰਾ ਰਸਤ ਦੇ ਥਰ ਤਲਕ ਸਰ ਤੱਕ, ਪੰਡ ਤਲਕ ਮੋਹਾਲੀ ਤੱਕ ਅਤੇ ਸਫ਼ਰ ਦਿਖਾਵਾਂਗੇ ਤੁਹਾਨੂੰ ਪਿੰਡ ਤਲਕ ਮੋਹਾਲੀ ਤੱਕ ਦਾ। ਅੱਜ ਮੌਸਮ ਤਾਂ ਯਾਰ ਵਧੀਆ, ਅੱਛਾ ਅੱਛਾ ਮੌਸਮ ਹੈ, ਮੀਂਹ ਜੇ ਪੈਣ ਦੀ ਸੰਭਾਵਨਾ ਹੈ। ਆਪਾਂ ਏ ਸੀ ਸੀ ਵੀ ਨਹੀਂ ਲਾਇਆ ਗੱਡੀ 'ਚ, ਇੱਦਾਂ ਹੀ ਜਾਏ ਨੋਰਮਲ ਬਾਹਰਲੀ ਹਵਾ ਦੇ ਨਾਲ। ਬਾਹਰਲੀ ਹਵਾ ਕਿੱਥੋਂ, ਸ਼ੀਸ਼ੇ ਬੰਦ ਨੇ। ਆਪਾਂ ਸ਼ੀਸ਼ੇ ਖੋਲ ਲੈਣੇ ਇੱਧਰ ਵੀ, ਹੁਣ ਵੀ ਇੱਦਾਂ ਖੋਲਣੇ, ਹੁਣ ਹਵਾ ਕਰੋਸ ਹੁੰਦੀ ਰੂਹ ਵੀ। ਕੋਈ ਪਰਵਾਹ ਨਹੀਂ, ਇਹ ਬਾਈ ਪਟਿਆਲਾ ਆਇਆ ਇੱਥੇ ਜਾਂਦਾ, ਉਹਨੂੰ ਪਤਾ ਹੀ ਨਹੀਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ। ਜਿੱਥੇ ਦਿਲ ਕਰਦਾ ਉਹਨੂੰ ਵਾੜ ਦਿੰਦਾ ਨੇ, ਕੋਈ ਇੰਡੀਆ ਕੱਟ ਨੇ, ਕੋਈ ਚੰਡੀਗੜ੍ਹ ਨਹੀਂ, ਨਜ਼ਾਰੇ ਲੈਂਦਾ ਨਹੀਂ ਜਾਂਦਾ। ਇੱਥੇ ਇਹ ਨਜ਼ਾਰੇ ਕਿਧਰ ਹਾਨੀਕਾਰਕ ਹੋ ਜਾਂਦੇ ਨੇ। ਆਹ ਦੇਖੋ ਆਪੇ ਰੁੱਖੇ ਰੁੱਖ ਕਿੰਨੇ ਸੋਹਣੇ ਲੱਗਦੇ ਨੇ, ਆਉਂਦਾ ਪੁਣੇ ਯਾਦ ਫਿਰ। ਪੁਣੇ ਵਾਲੀ ਲੋਕੇਸ਼ਨ ਵੀ ਬੜੀ ਘੈਂਟ ਹੈ ਯਾਰ, ਆਪਾਂ ਮੁੰਬਈ ਤੋਂ ਪੁਣੇ ਜਾਂਦੇ ਹਾਂ ਨਾ, ਜਦੋਂ ਇੱਦਾਂ ਹੀ ਬਰਸਾਤ ਦਾ ਮੌਸਮ ਆਉਂਦਾ, ਸੜਕਾਂ ਕਾਲੀਆਂ ਕਾਲੀਆਂ ਦਿਸਦੀਆਂ ਹੁੰਦੀਆਂ, ਅਤੇ ਮੌਸਮ ਮੌਸਮ ਆਉਂਦਾ, ਬਾਰਿਸ਼ ਹੋ ਰਹੀ ਹੁੰਦੀ ਆ ਥੋੜ੍ਹੀ ਥੋੜ੍ਹੀ, ਬਹੁਤ ਸੋਹਣਾ ਲੱਗਦਾ ਗਾ, ਬਹੁਤ ਸੋਹਣਾ। ਇਹ ਆ ਗਿਆ ਬਰੋ ਆਪਣਾ ਸਿਵਲ ਲਾਈਨ ਥਾਣਾ, ਇਹ ਥਾਪਰ ਦੀਆਂ ਲਾਈਟਾਂ ਜਿਹਨੂੰ ਕਹਿੰਦੇ ਨੇ, ਇਹ ਵੀ ਥਾਪਰ ਦੀਆਂ ਲਾਈਟਾਂ, ਇਹ ਨਾਭਾ ਰੋਡ ਵਾਲੀਆਂ ਨੇ, ਜਿਹੜੀਆਂ ਉੱਧਰਲੀਆਂ ਨੇ ਉਹ ਸਿਵਲ ਲਾਈਨ ਵਾਲੀਆਂ ਲਾਈਟਾਂ ਨੇ, ਦੋਨੇ ਥਾਪਰ ਦੀਆਂ ਨੇ ਲਾਈਟਾਂ ਦਾ। ਇੱਥੇ ਥਾਪਰ ਦੀ ਜਾਂਦਾ ਖਾਣ ਪੀਣ ਆਉਂਦੀ ਆ, ਹੁਣ ਤਾਂ ਕੁਛ ਹੈ ਨਹੀਂ ਇੱਥੇ, ਬਟ ਰੌਣਕ ਮੇਲਾ ਪੂਰਾ ਹੁੰਦਾ ਗਾ ਸ਼ਾਮ ਨੂੰ। ਬਾਬੇ ਆਪਾਂ ਪਹਿਲਾਂ ਲਾਈਟਾਂ ਦੇ ਹੁੰਦੇ ਆਪਣੀ ਗੱਡੀ ਕਰੋਸ ਕਰ ਲਈ, ਪਤਾ ਲੱਗਿਆ ਉੱਥੇ 10 ਮਿੰਟ ਖੜ੍ਹਨਾ ਪਿਆ ਜੀ। ਚਾਹੀਆਂ ਬਾਬੇ ਉਹ ਥਾਪਰ ਦੀ ਲਾਈਟਾਂ, ਟਾਈਮ ਬਹੁਤ ਪਿਆ 17 ਸੈਕਿੰਡ, ਅਤੇ ਆਪਾਂ ਆ ਗਏ ਨਾਕੇ ਕੋਲ, ਪੁਲਸੀਆਂ ਦਾ ਨਾਕਾ। ਇਹਨਾਂ ਦੀ ਡਿਊਟੀ ਬਹੁਤ ਸਖਤ ਆ, ਸਵੇਰ ਤੋਂ ਲੈ ਕੇ ਬੇਚਾਰੇ ਸ਼ਾਮ ਤੱਕ ਇੱਕੋ ਥਾਂ 'ਤੇ ਖੜ੍ਹੇ ਰਹਿੰਦੇ ਨੇ, ਇੱਕੋ ਹੀ ਸ਼ਕਲਾਂ, ਕੁਛ ਨਵਾਂ ਦੇਖਣ ਨੂੰ ਮਿਲਦਾ ਨਹੀਂ ਬੇਚਾਰੇ ਲਈ। ਧੁੱਪ ਗਰਮੀ ਮੀਂਹ ਜੋ ਮਰਜ਼ੀ ਹੋਵੇ, ਇਹਨਾਂ ਨੇ ਖੜ੍ਹਨਾ ਹੀ ਖੜ੍ਹਨਾ। ਜਿਹੜੇ ਬੰਦੇ ਪੁਲਿਸ ਨੂੰ ਗਾਲਾਂ ਕੱਢਦੇ ਨੇ, ਉਹ ਕੁਝ ਕੁ ਹੁੰਦੇ ਨੇ ਪੁਲਿਸ ਵਾਲੇ ਜਿਹੜੇ ਕਾਰ ਇੱਦਾਂ ਦੇ ਕਰਦੇ ਨੇ, ਬਟ ਸਾਰੇ ਨਹੀਂ ਹੁੰਦੇ। ਬਹੁਤ ਮਿਹਨਤੀ ਹੁੰਦੇ, ਬਹੁਤ ਮਿਹਨਤ ਨਾਲ ਪਹਿਲਾਂ ਤਾਂ ਜੋਬ ਲੱਗਦੀ ਹੈ ਯਾਰ, ਉਦੋਂ ਬਾਅਦ ਇਹਨਾਂ ਦੀ ਉਨੀ ਮਿਹਨਤ ਨਾਲ ਇਹਨਾਂ ਨੂੰ ਜੋਬ ਨਿਭਾਉਣੀ ਪੈਂਦੀ ਆ। ਆਹ ਦੇਖੋ ਸਾਡੇ ਕੋਹਲੀ ਸਾਹਿਬ ਨੇ ਕੀ ਕਰਿਆ, ਖੰਭੇ ਲਿਸ਼ਕਾ ਛੱਡੇ ਆ ਲਾਈਟਾਂ ਵਾਲਿਆਂ, ਦਿਖਦੀਆਂ ਤਿਰੰਗੇ ਵਾਲੀਆਂ। ਇਹ ਪਟਿਆਲੇ 'ਚ ਪਹਿਲੀ ਵਾਰ ਹੋਇਆ, ਇਹ ਤਾਂ ਕਦੇ ਹੋਇਆ ਨਹੀਂ ਹੈਗਾ, ਮਤਲਬ ਸੋਹਣਾ ਕੰਮ ਕਰਿਆ, ਖੁਸ਼ ਹੋਇਆ ਪਟਿਆਲਵੀ ਇਸ ਵਾਰ ਵੀ ਸਾਡੇ ਪਤੰਦਰ ਨੇ, ਸੋਰੀ ਸਾਡੇ ਜੋ ਵੀ ਮੰਤਰੀ ਸਾਹਿਬ ਨੇ, ਉਹਨਾਂ ਨੇ ਵਧੀਆ ਕੰਮ ਕਰਿਆ। ਮਤਲਬ ਤੁਸੀਂ ਇਹ ਵੀ ਨਹੀਂ ਪਤਾ ਇਸ ਬੋਲੇਗਾ ਕਿ MLA ਬੋਲੇਗਾ ਕਿਆ ਬੋਲੇਗਾ, ਬਸ ਜੋ ਵੀ ਹੈ ਅੱਛਾ ਕੰਮ ਕੀ ਹੈ। ਇਹ ਸਿਵਲ ਲਾਈਨ ਥਾਣਾ ਗਾ, ਇਹਦੇ ਅੰਦਰ ਆਪਣੇ ਸ਼ਾਮ ਨੂੰ ਗੇੜੀਆਂ ਵੱਧਦੀਆਂ ਹੁੰਦੀਆਂ, ਹੁਣ ਤਾਂ ਫਿਲਹਾਲ ਕੁਛ ਵੀ ਨਹੀਂ ਗਾ, ਕੰਮ ਕੇਲਾ। ਅਤੇ ਆਪੇ ਆਟੋ ਕਿੱਥੇ ਜਾਂਦਾ ਗੱਬੇ, ਉਹ ਸੜਕ ਅੱਧੀ ਤੋੜ ਰੱਖੀ, ਅੱਧੀ ਬਣਾ ਰੱਖੀ ਆ, ਨਾ ਗੱਡੀ ਲੰਘ ਸਕਦੀ ਆ, ਨਾ ਲੰਘਾ ਸਕਦੇ ਹਾਂ, ਬਸ ਰੇਸੀ ਆ ਕੰਮਾਂ ਸਕਰੈਚ ਪਵਾ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ। ਅੱਜ ਮੈਂ ਸੋਚ ਰਿਹਾ ਮੈਂ ਜਾਵਾਂ ਕਿੱਧਰ ਦੀ, ਸਰਹੰਦ ਵਾਲਾ ਰਾਹ ਦਿਖਾਈਏ ਤੁਹਾਨੂੰ, ਜਾਂ ਤੁਹਾਨੂੰ ਦਿਖਾਈਏ ਪਰ ਰਾਜਪੁਰੇ ਵਾਲਾ। ਦੱਸੋ ਬਾਈ ਮਿੱਤਰੋ ਕਿੱਧਰ ਨੂੰ ਜਾਣਾ ਗਾ, ਦੱਸਾਂ ਕਿੱਧਰ ਨੂੰ ਕਹੋਗੇ ਉੱਧਰ ਦੀ ਕੱਢ ਦਾਂਗੇ। ਉਹ ਯਾਰ ਵੀਡੀਓ ਬਾਡੀ ਨਹੀਂ ਚੱਲਦੀ ਬਾਬੇ ਮੇਰੀ, ਕੋਈ ਵੀ ਯੂਟਿਊਬ 'ਤੇ ਨਹੀਂ ਵੀਡੀਓਜ਼ ਪਾਈ ਦੀਆਂ। ਬਾਬੇ ਕਰ ਲਿਆ ਕਰੋ ਭਰਾ, ਬਸ ਕੀ ਕਰ ਲਿਆ ਕਰੋ, ਬਸ ਲਾਈਕ ਸ਼ੇਅਰ ਕਰਦਿਆ ਕਰੋ, ਕੁਛ ਤਾਂ ਕਰਦਿਆ ਕਰੋ, ਪਤਾ ਨਹੀਂ ਸਾਡਾ ਚੈਨਲ ਕਦ ਚੱਲੂਗਾ, ਅਸੀਂ ਕਦੋਂ ਮਸ਼ਹੂਰ ਹੋਵਾਂਗੇ ਬਾਬਿਓ, ਕਦੋਂ ਹੋਵਾਂਗੇ ਦੱਸ ਦਿਓ। ਆਹ ਦੇਖ ਭਈਆ ਜੀ ਦਾ ਟਰਾਲੀ ਲੱਗੇ, ਬੜੀ ਯਾਦ ਆ ਤੁਹਾਡੇ ਵਾਸਤੇ ਵੀ ਜਗ੍ਹਾ ਛੱਡ ਦੇ, ਅਸੀਂ ਵੀ ਗੈਂਡਾ ਲਈ ਜਾਂਦੇ ਹਾਂ। ਇਹ ਝੋਟੇ ਨੂੰ ਵੀ ਪੂਰਾ ਰਾਹ ਚਾਹੀਦਾ ਸੜਕ 'ਤੇ ਲੰਘਣ ਲਈ, ਥੋੜ੍ਹੀ ਬਹੁਤ ਰਾਹ ਤੋਂ ਨਹੀਂ ਲੰਘਦਾ ਇਹ।
ਤੂੰ ਜਦ ਆਵੇਂ ਗਾਣੇ ਨਾ ਗਾ ਕੇ ਰਹੀ ਆਵਾਜ਼ ਬਹੁਤ ਸੋਹਣੀ ਤੇਰੀ ਕਈ ਦੱਸਾਂ ਆਣਿਆ ਦਿਨ ਦੇਖ ਮੈਂ ਹੋਰਨ ਮਾਰਿਆ ਆਂਟੀ ਜੀ ਨੇ ਲਾਈਨ ਛੱਡਤੀ ਪਰ ਲਾਈਨ ਨਹੀਂ ਜਗ੍ਹਾ ਛੱਡਤੀ ਸੜਕ ਛੱਡ ਕਈਆਂ ਦਾ ਨਾ ਢੇਡ ਹੁੰਦੇ ਨੇ ਸਾਲੇ ਗੱਬੇ ਹੀ ਜਾਈ ਜਾਂਦੇ ਨੇ ਸੈਟ ਦਿੰਦੀ ਨਹੀਂ ਹੈਗੇ ਉਹ ਹੋਰ ਗੱਬੇ ਹੋ ਜਾਂਦੇ ਨੇ ਹੁਣ ਆ ਜਾਂਦੇ ਬੰਦੇ ਨੇ ਹੋਰਨ ਗੇ ਮਾਰਤਾ ਦੁਸ਼ਮਣੀਆਂ ਕੱਢਦੇ ਨੇ ਬਾਬੇ ਦੁਸ਼ਮਣੀਆਂ ਇੱਕ ਚੱਕਰ ਪਿਆ ਪਤਾ ਨਹੀਂ ਹੋਰਨ ਕਿਉਂ ਨਹੀਂ ਪਾਤਾ ਢੰਗ ਨਾਲ ਮੇਰਾ ਸਰੰਦ ਰੋਡ ਰਾਜਪੁਰਾ ਰੋਡ ਰਾਜਪੁਰਾ ਰੋਡ ਚੱਲਾਂਗੇ ਸਰੰਦ ਰੋਡ ਨਹੀਂ ਜਾਣਾ ਗਾ ਲੈ ਇੱਥੋਂ ਲਵਾਂਗੇ ਰਾਈਟ ਵੇਟ ਪਾਇਆ ਹੁਣ ਲੈਡਰ ਉੱਡ ਤੋਂ ਕੱਢ ਲਈ ਗੱਡੀ ਫਿਰ ਦਿਖਾਉਂਦੇ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੰਡਾ ਚੌਂਕ ਸੀ ਸੋਰੀ ਬਾਬੇ ਦਰਸ਼ਨ ਕਰਾਉਣੇ ਭੁੱਲ ਗਿਆ ਵਾਹਿਗੁਰੂ ਸਾਹਿਬ ਦੇ ਅਤੇ ਮੈਂ ਥੋੜ੍ਹਾ ਅੱਗੇ ਲੰਘਿਆ ਲਾਈਟਾਂ ਕਰਕੇ ਕਨਫਿਊਜ਼ ਹੋ ਗਿਆ ਸੀ ਲਾਈਟਾਂ ਵੀ ਹੋ ਰਹੀਆਂ ਨੇ ਉਹ ਵੀ ਹੋ ਰਿਹਾ ਉਹਨੇ ਲੰਘਣੀ ਵੀ ਆ ਗੱਡੀ ਵੀ ਕੱਢਣੀ ਆ ਚਲਾਉਣ ਤੋਂ ਨਾ ਕਰਵਾਉਣਾ ਸਵੇਰ ਦੇ ਕਿਉਂ ਬਾਈ ਅਜੇ ਰੱਬ ਦੀ ਕਿਰਪਾ ਕਰਕੇ ਅੱਜ ਤੱਕ ਕਦੇ ਚਲਾਉਣਾ ਹੋਇਆ ਨਹੀਂ ਅਤੇ ਨਾ ਹੋਣ ਦਈਏ ਬੈਠੇ ਉਹ ਲਓ ਵੀ ਆ ਗਿਆ ਆਪਣਾ ਬੱਸ ਸਟੈਂਡ ਥੋੜ੍ਹਾ ਵਾਈਡ ਕੈਮਰੇ ਨਾਲ ਕੰਮ ਬੈਠ ਹਾਂ ਇਹ ਆ ਗਿਆ ਆਪਾਂ ਆਪਣੇ ਪੁਰਾਣੇ ਬੱਸ ਸਟੈਂਡ ਵਾਲੇ ਪੁੱਲ 'ਤੇ ਦੇਖੋ ਅਸੀਂ ਪਟਿਆਲਾ ਕਿੰਨਾ ਸੋਹਣਾ ਲੱਗਦਾ ਯਾਰ ਏਸੀ ਦੀ ਹਵਾ ਆਉਂਦੀ ਆਵਾਜ਼ ਆਉਂਦੀ ਹੋਵੇ ਤੁਹਾਨੂੰ ਵਿੱਚੋਂ ਲੱਗਦਾ ਕੈਮਰੇ ਦੇ ਲੈ ਉਹਦੇ ਲਈ ਮਾਫੀ ਚਾਹੁੰਦੇ ਹਾਂ ਆਪਾਂ ਏਸੀ ਘੱਟ ਕਰ ਲੈਂਦੇ ਹਾਂ ਰੇਲਵੇ ਸਟੇਸ਼ਨ ਦਿਲ ਕਰਦਾ ਜਾ ਕੇ ਰੇਲ ਗੱਡੀ 'ਚ ਛਾਲ ਮਾਰਾਂ ਅਤੇ ਲੈ ਜਾਓ ਕਿਤੇ ਮੈਨੂੰ ਲੈ ਜਾ ਮੈਨੂੰ ਦੂਰ ਕਿਤੇ ਇਹ ਆਪਣਾ ਜੇ ਤੁਹਾਨੂੰ ਪਤਾ ਹੋਵੇ ਤਕਰੀਬਨ ਪੁਰਾਣਾ ਬੱਸ ਸਟੈਂਡ ਆਪਣਾ ਬੰਦ ਕਰਤਾ ਪਟਿਆਲੇ ਦਾ ਸੁੰਨਾ ਸੁੰਨਾ ਜਿਹਾ ਹੋ ਗਿਆ ਅਤੇ ਕੁਛ ਨਹੀਂ ਹੈਗਾ ਹੁਣ ਬੱਸਾਂ ਬੁੱਸਾਂ ਦੁਕਾਨਾਂ ਦੁਕਾਨਾਂ ਪਰ ਅਸਲੀ ਬੱਸ ਸਟੈਂਡ ਤਾਂ ਇਹੀ ਸੀ ਬਾਈ ਸਾਡੀਆਂ ਯਾਦਾਂ ਇਹਦੇ ਨਾਲ ਜੁੜੀਆਂ ਕੀ ਕਰੀਏ ਲੈ ਵੀ ਪਹੁੰਚ ਗਿਆ ਪਰ ਲਾਈਟਾਂ 'ਤੇ ਆਪਣੀ ਲਾਈਟ ਹੋ ਗਈ ਦੇਖ ਟਾਈਮਿੰਗ ਚੱਕਰ ਟਾਈਮਿੰਗ ਬਾਬਾ ਜੀ ਵਾਟ ਆਰ ਯੂ ਡੂਇੰਗ ਬਾਬਾ ਜੀ ਤੁਸੀਂ ਇੱਕ ਬੰਦੇ ਸੀਨੀਅਰ ਤੁਹਾਨੂੰ ਕੋਈ ਬੰਦਾ ਕੁਛ ਬੋਲ ਵੀ ਨਹੀਂ ਸਕਦਾ ਲੈ ਪ੍ਰਧਾਨ ਸਾਹਿਬ ਵੀ ਆਰ ਗੋਇੰਗ ਟੂ ਮੋਹਾਲੀ ਨਾਓ ਮੋਹਾਲੀ 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 ਦਾ ਅੱਜ ਵੀ ਖਾ ਜਾਣਾ ਇਸਦਾ ਪੰਜਾਬੀ ਸਿੱਧਾ ਹੀ ਚੱਲਦਾ ਮੋਹਾਲੀ 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 ਜਿੱਦਾਂ ਮੋਹਾਲੀ ਕਹਿੰਦੇ ਹੁੰਦੇ ਮੋਹਾਲੀ ਮੋਹਾਲੀ ਦੱਸਦੇ ਮੋਹਾਲੀ ਮੋਹਾਲੀ ਥੋੜ੍ਹਾ ਜਿਹਾ ਮਿਊਜ਼ਿਕ ਇੰਜੋਏ ਕਰੋ ਲੈ ਇਹ ਆ ਗਿਆ ਆਪਣਾ ਪਰਸ਼ੂਰਾਮ ਚੌਂਕ ਚੱਲਦਾ ਅੱਜ ਤੋਂ ਮੈਨੂੰ ਲੱਗਦਾ ਜਦੋਂ ਮੇਰੇ ਜਵਾਕ ਦੇ ਪੋਤੇ ਤੋਤੇ ਤੋਤੇ ਜੇ ਹੋਣਗੇ ਨਾ ਪੋਤੇ ਤੋਤੇ ਜੇ ਵਾਲੇ ਹੋ ਜਾਣਗੇ ਉਦੋਂ ਖੜ ਕੇ ਵੇਖਣਗੇ ਇਹ ਵੀਡੀਓ ਦੇਖਣਗੇ ਫਿਰ ਉਹਨਾਂ ਨੂੰ ਪਸੰਦ ਆਊਗੀ ਅੱਛਾ ਜੀ ਪਟਿਆਲਾ ਤਾਂ ਤੁਸੀਂ ਜਿੱਦਾਂ ਹੁਣ ਆਪਾਂ ਦੇਖਦੇ ਨੇ ਪੁਰਾਣੀ ਵੀਡੀਓ ਚੱਕ ਕੇ ਸਾਨੂੰ 1999 ਦੀਆਂ 95 ਦੀਆਂ 2000 ਦੀਆਂ ਉਦੋਂ ਦਾ ਪਟਿਆਲਾ ਅਤੇ ਹੁਣ ਦੇ ਪਟਿਆਲੇ ਵਿੱਚ ਤਾਂ ਯਾਰ ਜ਼ਮੀਨ ਆਸਮਾਨ ਦਾ ਫਰਕ ਆ ਜੈ ਹੋ ਬਾਬਾ ਜੀ ਬਹੁਤ ਹੀ ਮਤਲਬ ਇੱਕ ਪਟਿਆਲੇ ਦਾ ਸਟੈਂਡਰਡ ਹੁੰਦਾ ਸੀ ਇੱਕ ਪਟਿਆਲਾ ਯਾਰ ਵੀ ਹਾਂ ਜਨਤਾ ਚੰਡੀਗੜ੍ਹ ਚੰਡੀਗੜ੍ਹ ਕੁਛ ਵੀ ਨਹੀਂ ਸੀਗਾ ਪਹਿਲਾਂ ਨਾ ਮੋਹਾਲੀ ਸੀ ਯਾਰ ਲੋਕਾਂ ਲਈ ਪਟਿਆਲਿਆਂ ਨਾਲ ਵੱਡੀ ਗੱਲ ਸੀ ਪਟਿਆਲੇ ਚੱਲੇ ਹਾਂ ਪਟਿਆਲਾ ਪਟਿਆਲਾ ਇਹ ਪਟਿਆਲਾ ਉਹ ਕਿਉਂਕਿ ਸਭ ਕੁਝ ਪਟਿਆਲੇ ਸੀ ਅੱਜ ਦੇ ਟਾਈਮ 'ਚ ਚੱਕਰ ਕੀ ਹੋਇਆ ਮੋਹਾਲੀ ਆਪਣੀ ਇੰਡਸਟਰੀ ਵਗੈਰਾ ਆ ਗਈ ਪੂਰੀ ਵਧੀਆ ਨੌਕਰੀਆਂ ਸ਼ੋਕਰੀਆਂ ਆ ਗਈਆਂ ਅਤੇ ਉਹਦੇ ਕਰਕੇ ਜਿੰਨੇ ਵੀ ਆਪਣੀ ਇੱਧਰਲੇ ਮਾਲਵਾ ਮਾਝਾ ਦੁਆਬੇ ਦੀ ਜਨਤਾ ਹੋ ਗਈ ਸਾਰੀ ਮੋਹਾਲੀ ਚੰਡੀਗੜ੍ਹ ਹੀ ਇਕੱਠੀ ਹੋਈ ਆ ਨੌਕਰੀਆਂ ਦੇ ਚੱਕਰ 'ਚ ਬਾਬੇ ਪਿੰਡ ਛੱਡਤੇ ਸ਼ਹਿਰ ਛੱਡਤੇ ਪਟਿਆਲਾ ਮਤਲਬ ਠੀਕ ਠੀਕ ਜਿਹੀ ਲੱਗਦਾ ਸੁੰਨਾ ਸੁੰਨਾ ਜਿਹਾ ਮੋਹਾਲੀ ਤੋਂ ਆ ਕੇ ਇੱਥੇ ਉਹ ਗੱਲਬਾਤ 'ਚ ਨਹੀਂ ਹੈਗੀ ਜੀ ਪਹਿਲਾਂ ਹੁੰਦੀ ਸੀਗੀ ਨਾ ਪਟਿਆਲਾ ਸਿਰਫ ਕੋਲਜ ਰਹਿ ਗਏ ਆਪਣਾ ਯੂਨੀਵਰਸਿਟੀ ਰਹਿ ਗਈ ਥਾਪਰ ਯੂਨੀਵਰਸਿਟੀ ਰਹਿ ਗਈ ਪੰਜਾਬੀ ਯੂਨੀਵਰਸਿਟੀ ਰਹਿ ਗਈ ਖਾਲਸਾ ਕੋਲਜ ਮੋਤੀ ਕੋਲਜ ਕੋਲਜ ਵੱਧ ਹੁਣ ਇੱਥੇ ਯਾਰ ਪੜ੍ਹਾਈ ਵਾਲਾ ਅੱਡਾ ਇਹ ਪੜ੍ਹਾਈ ਵਾਲਾ ਇਹ ਆਪਣੀ ਸ਼ਾਇਦ ਛੋਟੀ ਨਦੀ ਆਹੀ ਕਹਿੰਦੇ ਨੇ ਲਾਣਾ ਤਾਂ ਮੇਰੇ ਤਾਂ ਮੈਨੂੰ ਵਾਹ ਵੀ ਨਹੀਂ ਪਤਾ ਯਾਰ ਤਾਂ ਆਪਣੇ ਨਾ ਬੱਸ ਸਟੈਂਡ ਤੋਂ ਲੈ ਕੇ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਯਾਰ ਯੂਨੀਵਰਸਿਟੀ ਤੱਕ ਪਹੁੰਚਣ ਤੱਕ ਹੀ ਸਾਡਾ ਟਾਈਮ ਬਹੁਤ ਖਰਾਬ ਹੋ ਜਾਂਦਾ ਗਾ ਉਦੋਂ ਅੱਗੇ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਕਦੋਂ ਮੋਹਾਲੀ ਆ ਗਿਆ ਕਦੋਂ ਬਨੂੜ ਆ ਗਿਆ ਹੈ ਨਾ ਲਾਈਟਾਂ ਆਪਣੀਆਂ ਨੇ ਸੋ ਕੱਢ ਦਈਏ ਹਾਂਜੀ ਇਹ ਹੈਗਾ ਆਪਣਾ ਇਕਬਾਲ ਇਨ ਵਾਹਵਾ ਫੇਮਸ ਆ ਬਾਬੇ ਉਹ ਇੱਥੇ ਵਧੀਆ ਵਧੀਆ ਸਿੰਗਰ ਸ਼ਿੰਗਰ ਦਾ ਅੱਗੇ ਜਿਹੜੇ ਹੈਗੇ ਨੇ ਆਪਣੇ ਇੰਡਸਟਰੀ ਵਾਲੇ ਬੰਦੇ ਉਹ ਇੱਥੇ ਹੀ ਰਹਿੰਦੇ ਆ
ਕਦੇ ਆਪਾਂ ਵੀ ਹੋਵਾਂਗੇ ਅੱਡੇ, ਐਵੇਂ ਰਿਹਾ ਕਰਾਂਗੇ ਵਾਰ ਵਾਰ। ਮੌਸਮ ਬਹੁਤ ਘੈਂਟ ਅੱਜ ਯਾਰ, ਅੱਛਾ ਮੌਸਮ ਆ, ਬਸ ਮੌਸਮ ਵਧੀਆ ਲੱਗ ਰਿਹਾ ਦੇਖਣ ਨੂੰ, ਪਰ ਜਿਹੜੀ ਉਹ ਆ ਨਾ ਕੀ ਕਹਿੰਦੇ ਨੇ ਗਰਮੀ ਜੀ ਹੈ ਨਾ, ਉਹ ਫੀਲ ਹੁੰਦੀ ਆ। ਜੋ ਘੱਟ ਜੇ ਕਿਤੇ ਮੀਂਹ ਮੂੰਹ ਪੈ ਜੇ ਵਧੀਆ, ਤਾਂ ਸਭ ਕੁਝ ਲੋਟ ਹੋ ਜਾਊਗਾ। ਦੇਖੋ ਪੱਤੀ ਵਾਲਾ ਬੱਬੂਆਂ ਦਾ ਗਾਣਾ ਸੀ, ਇੱਕ ਰੱਖਣਾ ਟਰੈਵਲਰ ਟੈਂਪੂ, ਉਹਨੂੰ ਧੋ ਕੇ ਕਰਾਂਗੇ ਸ਼ੈਂਪੂ, ਡਾਲੇ 'ਤੇ ਨੋਟ ਛਪਾਉਣਾ ਹੈ, ਪਤਾ ਨਹੀਂ ਕੀ ਕਹਿੰਦਾ ਹੁੰਦਾ ਸੀ। ਉਦੋਂ ਇਹਦਾ ਵੀ ਸ਼ੌਂਕ ਚੜ੍ਹ ਗਿਆ ਸੀ, ਛੋਟੇ ਹੁੰਦੇ ਹੁੰਦੇ ਸੀ ਬਸ ਜਿਹੜਾ ਚੀਜ਼ ਦਿਖਾਉਣਾ ਉਹੀ ਕਹਿੰਦਾ ਕਿ ਉਹੀ ਲੈਣਾ, ਡੋਡੇ ਉੱਪਰ ਟਰੈਵਲਰ ਟੈਂਪੂ ਲੈਣਾ। ਚੀਜ਼ ਬਹੁਤ ਘੈਂਟ ਆ ਬਾਬੇ, ਉਹ ਕਮਾਈ ਲਈ ਇਹ ਆ ਸਜਾ ਕੇ ਦੇ ਲਾ, ਕਿੰਨੀ ਸੋਹਣੀ ਰੱਖੀ ਆ। ਬੱਡ ਬਰੀਆਂ ਥੱਲੇ ਲਿਖਿਆ, ਬੱਡ ਬਰੀਆਂ ਉੱਤੇ ਦਿਲਾ ਸਮਾਨ ਲੱਗਿਆ ਹੈ, ਕੋਈ ਦੂਰ ਦੇ ਬੰਦੇ ਚੱਲੇ ਆ। ਇਹ ਆਪਾਂ ਆ ਗਏ ਬਰੋ, ਬੜੀ ਨਦੀ ਕ੍ਰੋਸ ਕੀਤੀ ਆ ਹੁਣੀ ਹੈ ਨਾ, ਅਤੇ ਬਹੁਤ ਛੇਤੀ ਆਪਾਂ ਪਹੁੰਚਣ ਵਾਲੇ ਹਾਂ ਨਵੇਂ ਬੱਸ ਸਟੈਂਡ, ਤੁਹਾਨੂੰ ਨਵਾਂ ਬੱਸ ਸਟੈਂਡ ਦਾ ਦਰਸ਼ਨ ਕਰਾਈਏ। ਦਰਸ਼ਨ ਕਰੋ ਭਰਾ ਨਵੇਂ ਬੱਸ ਸਟੈਂਡ ਪਟਿਆਲੇ ਦੇ, ਕਿਸੇ ਏਅਰਪੋਰਟ ਤੋਂ ਘੱਟ ਨਹੀਂ ਲੱਗਦਾ ਹੈਗਾ ਇਹ। ਆ ਪੁੱਲ ਚੜ੍ਹਦਾ ਹੈਗਾ, ਬੱਸਾਂ ਉੱਥੇ ਉੱਪਰ ਜਾ ਕੇ ਰੁਕਦੀਆਂ, ਜਿਹੜਾ ਪੁੱਲ ਦਿਖਦਾ ਬ੍ਰਿਜ ਆਪਣਾ, ਹਾਂ ਉੱਥੇ ਜਾ ਕੇ ਰੁਕਦੀਆਂ। ਦੇਖ ਲਓ ਆ ਕਾਲਜ ਵਾਲੀ ਜਨਤਾ ਬਜ਼ਾਰੀ, ਪਹਿਲਾਂ ਉੱਥੇ ਨੇੜੇ ਸੀਗੇ ਕਾਲਜ, ਮਿੰਟਾਂ 'ਚ ਪਹੁੰਚ ਜਾਂਦੇ ਸੀਗੇ ਫੜ ਗਏ ਆਟੋ, ਹੁਣ ਜਾਣਗੇ ਇੱਥੋਂ ਸਪੈਸ਼ਲ ਆਟੋ ਕਰਾ ਕੇ। ਬਸ ਇੱਕ ਚੀਜ਼ ਦੀ ਕਮੀ ਹੋ ਗਈ ਇੱਥੇ ਆ ਬੱਸ ਸਟੈਂਡ ਕਰਕੇ, ਆਹ ਜਿਹੜਾ ਹੈਗਾ ਬਣਿਆ ਇੱਥੇ ਲਾਈਟਾਂ 'ਤੇ ਨਾ, ਇੱਥੇ ਭੀੜ ਬਹੁਤ ਹੋ ਜਾਂਦੀ ਕਿਉਂਕਿ ਬੱਸਾਂ ਸਾਰੀਆਂ ਇੱਥੋਂ ਨਿਕਲਦੀਆਂ, ਜਾਮ ਬਹੁਤ ਗੰਦਾ ਜਿਹਾ ਲੱਗ ਜਾਂਦਾ ਇੱਥੇ, ਬਾਕੀ ਸਭ ਕੰਮ ਲੋਟ ਆ। ਇਹ ਸਾਹਮਣੇ ਆਪਣਾ ਪਾਰਕ, ਹੋਟਲ, ਹੋਟਲ ਨਹੀਂ ਸੋਰੀ ਹੋਸਪਿਟਲ, ਇਹ ਨਿਸ਼ਾਨੀ ਆ, ਦੂਰੋਂ ਦਿਖਦਾ ਜਦੋਂ ਪੜਿਆ ਆਪਾਂ ਐਂਟਰ ਕਰਦੇ ਯੂਨੀਵਰਸਿਟੀ ਤੋਂ ਆਹ ਪਾਰਕ। ਉਹਦਾ ਆਪਣਾ ਬੱਸ ਸਟੈਂਡ ਆ, ਸੋਹਣਾ ਸੋਹਣਾ ਜਿਹਾ, ਆ ਪੀ ਆਰ ਟੀ ਸੀ ਬੱਸਾਂ। ਇਹਨਾਂ ਦਾ ਸਫ਼ਰ ਵੀ ਬਹੁਤ ਘੈਂਟ ਆ ਬਾਬੇ, ਪੀ ਆਰ ਟੀ ਸੀ ਬੱਸਾਂ ਦਾ ਮਤਲਬ ਸਵਾਦ ਜਿਹਾ ਨਹੀਂ ਹੁੰਦਾ ਜਿਹੜਾ ਇੱਕ ਗਰਮੀਆਂ 'ਚ, ਤਾਂ ਮੈਨੂੰ ਪਤਾ ਨਹੀਂ ਹੈਗਾ, ਸਵੇਰ ਸਵੇਰ ਦਾ ਸਫ਼ਰ ਐਵੇਂ 'ਚ ਬਹੁਤ ਸੋਹਣਾ ਹੁੰਦਾ, ਗਰਮੀਆਂ ਦਾ ਸਵੇਰ ਦਾ ਹੀ ਵਧੀਆ ਹੁੰਦਾ, ਸਰਦੀਆਂ ਦਾ ਸਵੇਰ ਸ਼ਾਮ ਦਾ ਵਧੀਆ ਹੁੰਦਾ ਹੈਗਾ। ਕਿਤੇ ਆਉਣਾ ਦੂਰ ਜਾਣਾ ਹੈ ਨਾ, ਇੱਕ ਅਲੱਗ ਕੇ ਸਾਲਾ ਫੀਲ ਜਿਹਾ ਹੁੰਦਾ ਸੀਗਾ ਬੱਸਾਂ 'ਚ ਬਹਿਣ ਦਾ। ਆਪਾਂ ਬਹੁਤ ਬੱਸਾਂ ਫੜੀਆਂ ਨੇ ਭੱਜ ਭੱਜ ਕੇ, ਕਈ ਵਾਰ ਤਾਂ ਸੀਟ ਨਹੀਂ ਮਿਲਦੀ, ਖੜੀ ਜਾਣਾ ਪੈਂਦਾ ਜੀ ਸਾਡਾ ਮੋਹਾਲੀ ਤੱਕ। 8 ਸਾਲ ਹੋ ਗਏ ਮੈਨੂੰ ਮੋਹਾਲੀ ਜਾਂਦੇ ਨੂੰ, ਅਤੇ 8 ਸਾਲ 'ਚ ਬਹੁਤ ਕੁਛ ਦੇਖ ਲਿਆ। ਉਹ ਬਾਈ ਹੁਣ ਆਪਾਂ ਕੱਢ ਲਈਏ ਪਹਿਲਾਂ ਗੱਡੀ, ਬੱਸਾਂ ਮੁੜਨ ਦੀ ਤਿਆਰੀ 'ਚ ਨੇ। ਪੀ ਆਰ ਟੀ ਸੀ, ਪੀ ਆਰ ਟੀ ਸੀ ਸਵਾਰੀਆਂ, ਕੁਛ ਨਹੀਂ ਹੈਗਾ ਵਿਚਾਰਿਆਂ ਕੋਲ ਕੰਮ ਕਰ। ਅੱਜ ਕੱਲ੍ਹ ਕੰਮ ਕਾਰ ਬਹੁਤ ਘੱਟ ਗਿਆ ਯਾਰ, ਇੱਕ ਤਾਂ ਨਾ ਆਹ ਇੰਟਰਨੈਟ ਨੇ ਸਵਾਦ ਵੀ ਲਿਆਤਾ ਜਿਨ੍ਹਾਂ ਨੂੰ ਸਕੂਨ ਮਿਲਦਾ ਉਹਨਾਂ ਲਈ, ਪਰ ਜਿਹੜੇ ਆਹ ਨੇ ਵਿਚਾਰੇ ਪੁਰਾਣੇ ਆਪਣੇ ਬੰਦੇ ਜਿਹੜੇ ਆਟੋ ਚਲਾਉਂਦੇ ਨੇ ਹੈ ਨਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਐਪਾਂ ਉੱਪਾਂ ਵੀ ਕੋਈ ਚੀਜ਼ ਹੁੰਦੀ ਹੈ, ਜਿਹਨਾਂ ਦਾ ਫੋਨ ਵੀ ਮਸਾਂ 1100 1200 ਉਹ ਰੱਖੀ ਫਿਰਦੇ ਨੇ ਪੁਰਾਣੇ ਫੋਨ, ਤਾਂ ਸੁੱਖ ਨਾਲ ਪਰ ਵਧੀਆ ਹੁੰਦੇ ਨੇ ਉਹਨਾਂ ਕੋਲ, ਪਰ ਇਹਨਾਂ ਨੂੰ ਇੰਨੀ ਨੌਲੇਜ ਹੁੰਦੀ ਨਹੀਂ ਹੈਗੀ ਵੀ ਕਿੱਦਾਂ ਕੰਮ ਚੱਲ ਰਿਹਾ। ਇਹ ਵਿਚਾਰੇ ਵਿਹਲੇ ਹੀ ਰਹੇ ਨੇ, ਗੇਅਰ ਵੱਡਾ ਪੈ ਗਿਆ ਗੱਡੀ ਦਾ। ਆਹ ਸਕਾਈ ਬੋਰਡ ਵਾਲੀ ਮਸ਼ਹੂਰੀ ਕਰਦੇ ਪਏ ਆਪਾਂ, ਕਿਸੇ ਕੋਲ ਲਵਾਓ, ਪਤਾ ਨਹੀਂ ਕਿਸੇ ਨੇ ਲਵਾਇਆ ਕਿ ਨਹੀਂ, ਪਰ ਆਪਣਾ ਗੂਗਲ ਭਾਜੀ ਦੀ ਆ, ਆਬਵੀਅਸ ਜੀ ਗੱਲ ਆ, ਘੈਂਟ ਹੀ ਹੋਣਾ। ਤੁਹਾਡੀ ਸੜਕ ਖਰਾਬ ਆ ਯਾਰ, ਬਸ ਜਿਹੜਾ ਸਮਾਨ ਪਿਆ ਸਾਰਾ ਗੱਡੀ 'ਚ ਆਵਾਜ਼ ਆਉਂਦੀ ਆ ਉਹਦੀ, ਡੱਬਾ ਡੁੱਬੇ। ਪਟਿਆਲੇ ਦੀ ਸਭ ਤੋਂ ਵਧੀਆ ਜਗ੍ਹਾ, ਫੇਮਸ ਜਗ੍ਹਾ, ਸਾਰਿਆਂ ਨੂੰ ਚੰਗੀ ਲੱਗਦੀ ਆ, ਮੇਰੀ ਖੰਘ ਨਹੀਂ, ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਜਿਹਦੇ ਕਰਕੇ ਤਕਰੀਬਨ ਪਟਿਆਲੇ ਰਸ਼ ਹੈਗਾ ਅੱਜ ਦੀ ਡੇਟ 'ਚ। ਦੇਖਿਓ ਇੱਥੇ ਦਰਸ਼ਨ ਕਰੋ ਯੂਨੀਵਰਸਿਟੀ, ਉਹ
ਓ ਲਓ ਜੀ, ਉਹ ਬਹੁਤ ਸੋਹਣੀ ਜਗ੍ਹਾ ਬਾਈ, ਬਹੁਤ ਸੋਹਣੀ ਜਗ੍ਹਾ। ਜਿਹੜੇ ਇੱਥੇ ਪੜ੍ਹ ਕੇ ਗਏ ਉਹਨਾਂ ਨੂੰ ਤਾਂ ਪਤਾ ਹੀ ਆ, ਉਹਨਾਂ ਦੀ ਤਾਂ ਸਵਰਗ ਹੀ ਆ। ਯੂਨੀਵਰਸਿਟੀ ਮੀਂਹ ਪੈ ਗਿਆ ਡਿਆ, ਗਿੱਲਾ ਪਿਆ ਵਾ, ਸੜਕ ਖਾਲੀ ਸੁੱਕੀ ਪਈ ਆ। ਇੱਥੇ ਗਿੱਲਾ ਪਿਆ, ਦੇਖ ਰੱਬ ਦੇ ਕਾਰਨਾਮੇ ਦੇਖ ਲਓ, ਕਿਤੇ ਮੀਂਹ ਕਿਤੇ ਨਿਸ਼ਾਨਾ। ਕੀ ਵਰਤਦਾ ਇਹ ਬਹਾਨਾ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੋਹਣਿਓ। ਚਲੋ ਜੀ, ਹੁਣ ਆਪਾਂ ਗੱਡੀ ਹੱਕ ਲਈਏ ਬਸ। ਇਹ ਆ ਗਿਆ ਆਪਾਂ ਬਹਾਦਰਗੜ੍ਹ ਵਾਲੇ ਪੁੱਲ 'ਤੇ। ਹੁਣ ਇਹ ਤੋਂ ਅੱਗੇ ਆਉਣਾ ਆਪਣਾ ਟੋਲ ਪਲਾਜ਼ਾ, ਬਸ ਫਿਰ ਉਹ ਤੋਂ ਬਾਅਦ ਆਪਣਾ ਸਫ਼ਰ ਸ਼ੁਰੂ। ਇੱਥੇ ਤੱਕ ਆਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਬਾਈ, ਇੱਥੇ ਟ੍ਰੈਫਿਕ ਬਹੁਤ ਹੁੰਦੀ ਆ ਪਿੱਛੇ। ਯੂਨੀਵਰਸਿਟੀ ਤੱਕ ਤਾਂ ਪੂਰਾ ਰਸ਼ ਹੁੰਦਾ ਗਾ, ਹੋ ਗਿਆ ਅੱਧਾ ਘੰਟਾ ਖਰਾਬ ਮੈਨੂੰ ਇੱਥੇ ਆਉਂਦੇ ਆਉਂਦੇ ਨੂੰ। ਬਸ ਇਹ ਤੋਂ ਬਾਅਦ ਜਿਹੜੀ ਆ ਲੋਕੇਸ਼ਨ ਆ ਨਾ, ਹਰਿਆਲੀ ਹਰਿਆਲੀ ਆ, ਧੁੰਦ ਹੀ ਸਵਾਦ ਲਿਆ ਜਾਂਦੀ ਆ, ਔਰ ਸਫ਼ਰ ਕਰਨ ਦਾ ਮਜ਼ਾ ਹੀ ਅਲੱਗ ਆ ਇੱਥੇ ਤਾਂ ਯਾਰ। ਮੌਸਮ ਬਸ ਇੱਦਾਂ ਦਾ ਹੋਵੇ, ਲੋਕੇਸ਼ਨ ਸੋਹਣੀ ਹੋਵੇ, ਹੈ ਨਾ, ਜਿੱਥੇ ਮਰਜ਼ੀ ਲੈ ਜਾਓ, ਬਸ ਗੱਡੀ ਟੈਂਕੀ ਫੁੱਲ ਹੋਵੇ ਤੇਲ ਦੀ। ਉਹਦੇ ਲਈ ਪੈਸਾ ਚਾਹੀਦਾ ਬਹੁਤ, ਪੈਸਾ ਦੇਈ ਜਾਓ ਮੈਨੂੰ ਜਿੰਨਾ ਦੇਣਾ। ਇੱਕ ਮੇਰੇ ਭਰਾਵਾਂ ਨੂੰ ਬੇਨਤੀ ਹੈ ਯਾਰ, ਬਾਈ ਜਿੰਨੇ ਜਿੰਨੇ ਪੈਸੇ ਲੈਣੇ ਵਾਪਸ ਕਰ ਦਿਓ, ਦੇ ਦਿਆ ਕਰੋ, ਵਾਪਸ ਦੇ ਦਿਆ ਕਰੋ। ਜੇ ਮੈਨੂੰ ਮੰਗਣ ਦੇ ਵਿੱਚ ਸ਼ਰਮ ਆਉਂਦੀ ਆ, ਤੁਹਾਨੂੰ ਦੇਣ 'ਚ ਸ਼ਰਮ ਨਹੀਂ ਆਉਣੀ ਚਾਹੀਦੀ। ਤੁਸੀਂ ਮੰਗ ਵੀ ਲੈਂਦੇ ਹੋ ਤਾਂ ਦਿੰਦੇ ਵੀ ਨਹੀਂ ਯਾਰ, ਚੰਗਾ ਨਹੀਂ ਲੱਗਦਾ, ਹੈ ਨਾ। ਹੁਣ ਤੁਹਾਨੂੰ ਮੈਂ ਨਾਮ ਲੈ ਕੇ ਤਾਂ ਕੀ ਕਹਾਂ ਵੀ ਪੈਸੇ ਦੇ ਦਿਓ, ਇਹ ਤੋਂ ਲੈਣੇ ਇਹ ਤੋਂ ਲੈਣੇ, ਆਪੇ ਦੇ ਦਿਆ ਕਰੋ ਯਾਰ ਮੇਰੇ ਵੀਰ। ਤੁਹਾਨੂੰ ਜੇ ਆਪਾਂ ਔਖੇ ਟਾਈਮ ਜਾਂ ਸੌਖੇ ਟਾਈਮ ਜਦੋਂ ਵੀ ਤੁਹਾਡਾ ਕੰਮ ਸਾਰੇ ਆ, ਕੋਈ ਲੱਖਾਂ ਕਰੋੜਾਂ ਦੀ ਗੱਲ ਨਹੀਂ ਕਰਦਾ, 4-5 ਸੌ, 1,000, 2 ਜਿੰਨਾ ਵੀ ਬਣਦਾ ਗੰਨੇ, ਜਿੰਨਾ ਵੀ ਹੁੰਦਾ ਦੇ ਦਿਆ ਕਰੋ। ਹਾਂ, ਰੱਖਿਆ ਨਾ ਕਰੋ, ਦੇ ਦਿਆ ਕਰੋ। ਜਿਹੜਾ ਅੱਗੇ ਤੁਸੀਂ ਮੰਗਣ ਵਾਲੇ ਹੋਵੋ, ਮੈਂ ਵੀ ਮੰਗਣ ਵਾਲਾ ਹੋਵਾਂ, ਹੈ ਨਾ, ਦੇਣ ਵਾਲਾ ਬਣਾ ਵੀ ਹਾਂ ਇਹ ਤਾਂ ਵਾਪਸ ਕਰਨ ਦਾ ਦੇ ਦਈਏ, ਤਾਂ ਬਸ ਸਾਰਾ ਵਾਲੀ ਗੱਲ ਆ, ਦੇ ਦਿਆ ਕਰੋ। ਟੋਲ ਤੋਂ ਇੱਥੋਂ ਲੰਘਦੇ, ਇੱਥੋਂ ਤੋਂ ਸਾਈਡ ਤੋਂ ਇੰਨਾ ਕੁ ਨਾਮ ਚੱਲਦਾ, ਬਸ ਇੰਨਾ ਕੁ ਥੋੜ੍ਹਾ ਜਿਹਾ ਟੋਲ ਤੋਂ ਸਾਈਡ ਤੋਂ ਲੰਘ ਜਾਈਏ, ਤਾਂ ਟੋਲ ਟੋਲ ਨਹੀਂ ਕਟਾਈਦਾ। ਲਓ ਵੀ ਹੁਣ ਆਪਾਂ ਗੱਡੀ ਦੱਬ ਲਈਏ, ਮਾਲ ਜੀ ਮਾਲ ਤੂੰ। ਅੱਜ ਤਾਂ ਸਵਾਦ ਹੀ ਬਹੁਤ ਆ ਰਿਹਾ ਬਾਬੇ, ਸਫ਼ਰ ਕਰਨ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੌਸਮ ਇੰਨਾ ਵਧੀਆ ਨਾ, ਗੱਲਾਂ ਹੀ ਛੱਡ ਦਿਓ, ਗੱਲਾਂ ਹੀ ਛੱਡ ਦਿਓ ਤੁਸੀਂ ਮੌਸਮ ਦੀਆਂ। ਚੱਕੋ ਟੋਬਾ ਬਣਿਆ ਪਿਆ, ਮੀਂਹ ਪਿਆ ਨਹੀਂ, ਇਹ ਪਹਿਲਾਂ ਡੁੱਬਿਆ ਰਹਿੰਦਾ। ਇਹ ਜ਼ਮੀਨ ਇੱਥੇ ਸਭ ਤੋਂ ਨੀਵੀਂ ਜ਼ਮੀਨ ਆ ਬਾਈ, ਇਹਦਾ ਕੋਟਖੇਸ ਵੀ ਚੱਲੀ ਜਾਂਦਾ, ਬੰਦੇ ਬਾਹਰ ਨੇ ਸਾਰੇ ਜਿਨ੍ਹਾਂ ਦੀ ਹੈਗੀ ਆ। ਚੈੱਕ ਕਰੋ ਮਿੱਠੇ ਹਰਿਆਲੀ, ਚੈੱਕ ਕਰੋ ਪੰਜਾਬ ਦਾ ਹੁਸਨ, ਚੈੱਕ ਕਰੋ। ਰਾਜਪੁਰਾ, ਚੰਡੀਗੜ੍ਹ, ਦਿੱਲੀ, 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 ਖੰਘ ਨਾਲ ਆਵਾਜ਼ਾਂ ਕਰ ਲੈਣਾ। ਦਿੱਲੀ ਜਾਣ ਦਾ ਬੜਾ ਮਨ ਹੈ ਯਾਰ, ਬਸ ਦਿੱਲੀ ਮਤਲਬ ਦਿੱਲੀ ਹੈ ਕੁਛ ਨਹੀਂ, ਸਫ਼ਰ ਜਿਹੜਾ ਹੁੰਦਾ ਰਸਤੇ ਦਾ ਕਰਨ ਦਾ ਬੜਾ ਦਿਲ ਕਰਦਾ ਗਾ। ਹਾਈਵੇ ਦੇ ਉੱਤੇ ਉੱਤੇ ਬੰਦਾ ਜਾਈ ਜਾਵੇ ਜਾਈ ਜਾਵੇ, ਹੈ ਨਾ। ਇੱਕ ਜਦੋਂ ਆਪਾਂ ਹਰਿਆਣੇ 'ਚ ਐਂਟਰ ਕਰਦੇ, ਹਰਿਆਣੇ ਦੇ ਵਿੱਚ ਪਿੰਡ ਬਹੁਤ ਸੋਹਣੇ ਸੋਹਣੇ ਆਉਂਦੇ ਨੇ ਯਾਰ, ਦਿਲ ਖੁਸ਼ ਹੋ ਜਾਂਦਾ ਉਹਨਾਂ ਨੂੰ ਦੇਖ ਕੇ। ਜਮੀ ਕਈ ਤਾਂ ਪਿੰਡ ਇੱਦਾਂ ਦੇ ਨੇ ਜਿਵੇਂ ਅੱਜ ਤੋਂ 10-15 ਸਾਲ ਪਿੱਛੇ ਚੱਲ ਰਹੇ ਨੇ, ਠੇਲੇ ਡੁੱਲੇ ਜੇ ਉੱਥੇ ਬੰਨੇ ਹੋਣਗੇ, ਰੇਹੜੇ ਵਗੈਰਾ ਹੋਣਗੇ, ਕਾਫੀ ਕੁਝ ਹੋਊਗਾ, ਬਹੁਤ ਸੋਹਣਾ ਲੱਗਦਾ। ਖਾਂਸੀ, ਮੌਸਮ ਯੇ ਔਸਮ, ਤੁਸੀਂ ਚੈੱਕ ਤਾਂ ਕਰੋ। ਹੁਣ ਆ ਗਿਆ ਕੋਹਲੀ, ਕੋਹਲੀ ਆ ਗਿਆ ਜੀ, ਕੋਹਲੀ ਆ ਗਿਆ। ਕਿਸੇ ਮੇਰੇ ਭਰਾ ਨੇ ਇੱਥੇ ਜ਼ਮੀਨ ਕੱਟੀ ਆ, ਐਂਡੇ ਕਰਾ ਤਾ ਬੰਦ ਨੇ, ਤਕਰੀਬਨ ਅੱਧੀ ਜ਼ਮੀਨ ਲੈ ਹੀ ਲਈ। ਤੂੰ ਲੰਘ ਜਾ ਬਾਬਿਆ, ਹੋਰਨ ਕਾਹਨੂੰ ਮਾਰਦਾ ਪਿਆ ਜ਼ੋਰ ਜ਼ੋਰ ਦੀ। ਮਤਲਬ ਮੈਨੂੰ ਬਹੁਤ ਸੋਹਣਾ ਲੱਗਦਾ ਯਾਰ ਆਹ ਸਫ਼ਰ ਕਰਨਾ, ਨਵੇਂ ਨਵੇਂ ਰਾਹਾਂ ਨੂੰ ਦੇਖਣਾ, ਨਵੀਂ ਨਵੀਂ ਜਨਤਾ ਨੂੰ ਮਿਲਣਾ ਤਾਂ ਕੁਛ ਨਹੀਂ, ਬਟ ਨਵੇਂ ਨਵੇਂ ਰਾਹ ਦੇਖਣਾ। ਆ ਹੈਗਾ ਜੀ ਕੋਹਲੀ ਦਾ ਅੱਡਾ, ਕੋਹਲੀ, ਕੋਹਲੀ ਵਾਲੇ, ਉਹ ਕੋਹਲੀ, ਦਰਸ਼ਨ ਕਰੋ ਕੋਹਲੀ ਦੇ।
ਅਸੀਂ ਰੋਜ਼ ਹੀ ਕਰਦੇ ਹਾਂ, ਪਰ ਅੱਜ ਕਰੋ ਕੋਲੀ ਦਾ ਬੱਸ ਸਟੋਪ ਆ, ਇੱਥੇ ਬੱਸਾਂ ਰੁਕਦੀਆਂ ਨੇ। ਮਤਲਬ ਆਹ ਟਾਈਮ ਵੀ ਸੀਗਾ ਆਪਣੇ ਤੇ ਬਾਬੇ, ਉਹ ਸਹੀ ਮੈਂ ਆਹ ਟਾਈਮ ਵੀ ਸੀ ਬੱਸਾਂ ਦਾ ਵੇਟ ਕਰਨਾ, ਬੱਸਾਂ ਦੀ ਵੇਟ ਰਾਹੀਂ ਸਿੱਧੇ ਹੀ ਬੱਸ ਸਟੈਂਡ ਜਾ ਕੇ ਬੱਸ ਫੜੀ ਦੀ ਸੀਗੀ, ਕਿਉਂਕਿ ਸਾਡੇ ਤਾਂ ਕੋਈ ਹੈ ਨਹੀਂ ਪਿੰਡ ਦੇ ਵਿੱਚ ਬੱਸ ਸਟਾਪ ਜਿੱਥੇ ਬੱਸ ਰੁਕੇ, ਜਾਂ ਪਿੰਡ ਵੱਲ ਨੂੰ ਕਦੇ ਜਾਣ ਦੀ ਲੋੜ ਹੀ ਨਹੀਂ ਪਈ ਵੀ ਹਾਂ ਬੱਸ ਫੜ ਕੇ ਲੰਘੀਏ। ਕਾ ਆ ਭਰਾ ਇਹ ਚਰਚਾ ਲੈਦੇ ਹੋ, ਜਿਹੜੇ ਕ੍ਰਿਸ਼ਚਨ ਹੁੰਦੇ ਨੇ ਉਹਨਾਂ ਦਾ ਸਕੂਲ ਆ, ਬਹੁਤ ਸੋਹਣਾ ਗਾ, ਉੱਪਰ ਥੱਲੇ ਪਾਸੇ ਚਰਚਾ ਗੱਡੀ ਵੱਡੀ ਬਣਾ ਰੱਖੀ ਹੈ। ਇੱਕ ਟਿੱਪਣੀ ਕਰਨ ਲੱਗਿਆ ਸੀ ਪਰ ਮੈਂ ਕੈਂਸਲ ਕਰਤੀ, ਆਹ ਡੂੰਘੀ ਜੀ ਹੈ, ਨਾ ਹੀ ਕਰੀਏ ਤਾਂ ਚੰਗਾ। ਲੈ ਬਈ ਹੁਣ ਆਊਗਾ ਪਿੰਡ ਢੀਂਡਸਾਂ, ਇਹ ਢਾਬਾ ਆ ਲਵਲੀ ਦਾ ਢਾਬਾ, ਇਹ ਆਪਣਾ ਹੀ ਆ, ਮਤਲਬ ਜਿਹੜੇ ਬਾਈ ਨੇ ਬਣਾਏ ਸੀ ਉਹਨੇ ਵੇਖ ਦਿੱਤਾ, ਜਿੰਨਾ ਕੁ ਮੈਨੂੰ ਪਤਾ ਲੱਗਿਆ ਬਹੁਤ ਵਧੀਆ ਪ੍ਰੋਫਿਟ 'ਤੇ, ਬਹੁਤ ਵਧੀਆ ਪ੍ਰੋਫਿਟ 'ਤੇ, ਮਤਲਬ ਜਿੱਥੇ ਬਣਾਏ ਸੀ ਲੋਕ ਉਮੀਦ ਤਾਂ ਹੈ ਨਹੀਂ ਸੀ ਚੱਲੂਗਾ, ਪਰ ਚੱਲਿਆ ਥੋੜ੍ਹਾ ਦੱਬ ਕੇ ਇਸ ਜਗ੍ਹਾ। ਹੁਣ ਆਪਾਂ ਪਹੁੰਚ ਗਏ ਪਿੰਡ ਢੀਂਡਸਾਂ ਦੇ ਕੋਲ, ਪਿੰਡ ਢੀਂਡਸਾਂ ਦੇ ਦਰਸ਼ਨ ਕਰੋ ਬਾਈ ਜੇ, ਪਿੰਡ ਢੀਂਡਸਾਂ ਦੇ ਜਾਂਦੀ ਸਰਕਾਰ ਪੀ ਕਾਲੇ ਰੰਗ ਦੀ, ਕਈਆਂ ਕੋਲ ਚਿੱਟੀਆਂ ਤੇ ਕਈਆਂ ਕੋਲ ਕਾਲੀਆਂ, ਹਰੇ ਗੱਡੀ ਦਾ ਬਣਾਉਣਾ ਸਵਾਦ ਆ ਬਾਬੇ। ਆਇਆ ਢੀਂਡਸਾਂ ਪਿੰਡ ਤਾਂ ਘੱਟ ਦੇਖਦਾ ਹੋਊਗਾ, ਧੁੱਪੇ ਦਿੰਦੀ ਹੋਊਗੀ, ਬਟ ਦੇਖ ਲਓ ਜੋ ਦਿੰਦਾ ਹੈਗਾ। ਢੀਂਡਸਾਂ ਪਿੰਡ ਦਾ ਗੁਰਦੁਆਰਾ ਸਾਹਿਬ, ਚਲੋ ਹੁਣ ਅੱਗੇ ਨੂੰ ਵਧੀਏ। ਆਪਾਂ ਪਹੁੰਚ ਚੁੱਕੇ ਹਾਂ ਖੇੜੀ ਗੰਡਾਂ ਦੇ, ਗੰਡਾ ਖੇੜੀ ਦੇ ਪੁੱਲਾਂ 'ਤੇ, ਖੇੜੀ ਗੰਡਿਆਂ ਵੈਸੇ ਇਹਨੂੰ ਕਹਿੰਦੇ ਨੇ, ਗੰਡਾ ਖੇੜੀ ਉਹ ਕਹਿੰਦੇ ਨੇ ਇਹਨੂੰ, ਇੱਥੇ ਪੁੱਲਾਂ 'ਤੇ ਪਹੁੰਚ ਗਏ ਬਾਬੇ। ਆਹ ਆਉਂਦੀ ਹੈ ਨਹਿਰ, ਬਸ ਅੱਗੇ ਆ ਗਿਆ ਰਾਜਪੁਰਾ, ਰਾਜਪੁਰਾ, ਰਾਜਪੁਰਾ ਦੀ ਜਗ੍ਹਾ ਬਹੁਤ ਸੋਹਣੀ ਹੈ, ਪਤਾ ਨਹੀਂ ਮੈਨੂੰ ਕਈ ਕਈ ਟਿਕਾਣੇ ਨਾ ਬੜੇ ਸਹੀ ਲੱਗਦੇ ਆ, ਦਿਲ ਕਰਦਾ ਵੀ ਉੱਥੇ ਜਾ ਕੇ ਥੋੜ੍ਹਾ ਟਾਈਮ ਸਪੈਂਡ ਕਰੀਏ ਆਪਾਂ, ਹੈ ਨਾ। ਅਜੇ ਲੱਭ ਤੰਦਰ ਸੜਕ ਦੀ ਆਈ ਖੜਨੇ, ਫਾਇਦਾ ਕੀ ਆ, ਤੁਹਾਡੇ ਲੋਕਾਂ ਦਾ ਪਤਾ ਲੰਘੇ ਜਾ ਉੱਪਰ ਦੀ ਜਾਣਾ, ਕਾਹਦੀ ਫਿਕਰ ਕਰੀ ਜਾਣਾ, ਇਹ ਤੱਕ ਆਏ ਗਏ। ਏ ਸੀ ਦੀ ਆਵਾਜ਼ ਆ ਗਈ, ਉਹਦੇ ਲਈ ਮਾਫ਼ੀ, ਗਰਮੀ ਲੱਗ ਰਹੀ ਤਾਂ ਕਰਕੇ ਤੇਜ਼ ਕਰ ਲਿਆ। ਅਤੇ ਆਹ ਰਾਜਪੁਰ ਹੈਗਾ, ਆਪਾਂ ਬਾਹਰ ਦੀ ਗੱਡੀ ਬਾਲੀ ਬਾਈਪਾਸ ਤੋਂ ਹੀ, ਅੰਦਰ ਨਹੀਂ ਬੜੇ ਰਾਜਪੁਰ ਦੇ, ਕਿਉਂਕਿ ਉੱਥੇ ਟਾਈਮ ਬਹੁਤ ਲੱਗ ਜਾਂਦਾ, ਭੀੜ ਬਹੁਤ ਹੁੰਦੀ ਹੈ, ਸਵੇਰ ਦਾ ਟਾਈਮ ਆ, ਜਨਤਾ ਸਾਰੀ ਬਾਹਰ ਨਿਕਲੀ ਹੁੰਦੀ ਹੈ, ਅਤੇ ਆਹ ਮੇਨ ਇਹਨਾਂ ਨੇ ਹਾਈਵੇ ਕੱਢਿਆ ਹੋਇਆ ਬਾਹਰ ਬਾਹਰ ਦੀ, ਇਹ ਹੈਗਾ ਸਿਮਰਨ ਢਾਬਾ ਬਾਬੇ। ਅਤੇ ਖਾਣ ਪੀਣ ਬਹੁਤ ਸੋਹਣਾ ਗਾ, ਇੱਥੇ ਬਹੁਤ ਸਵਾਦ ਹੁੰਦਾ, ਸਫਾਈ ਨਾਲ ਜਾਂਦੇ ਨੇ ਪੂਰਾ, ਇੱਥੇ ਤਾਂ ਊਂ ਰੁਕ ਜੇ ਬੰਦਾ, ਹੈ ਨਾ, ਆਉਂਦਾ ਜਾਂਦਾ, ਹਾਂ ਕਾਕਾ ਜੀ ਢਾਬਾ ਨਾਲ, ਉੱਦਾਂ ਹੀ ਬੰਦਾ ਆ ਕੇ ਰੁਕ ਜੇ, ਚਾਹ ਪੀਵੇ ਤਾਂ ਸਵਾਦ ਬਹੁਤ ਆ। ਮੈਂ ਵੀ ਤੁਹਾਨੂੰ ਚਾਹ ਦੀ ਵੀਡੀਓ ਬਣਾਉਣੀ ਭੁੱਲ ਗਿਆ, ਚਾਹ ਦਿਖਾਉਣੀ ਸੀ ਤੁਹਾਨੂੰ, ਚਾਹ ਬਹੁਤ ਘੈਂਟ ਦਿੰਦੇ ਨੇ ਬਣਾ ਕੇ, ਫਰੀ ਦੀ ਮਸ਼ਹੂਰੀ ਕਰ ਰਿਹਾ, ਪਰ ਜੋ ਚੀਜ਼ ਵਧੀਆ ਤਾਂ ਵਧੀਆ ਕਰ ਸਕਦੇ। ਹਾਂ ਇਹ ਰਾਜਪੁਰਾ ਬਾਬੇ, ਉਹ ਇਹ ਜਿੰਨਾ ਹਾਈਵੇ ਜਾਂਦਾ ਗਾ, ਇਹ ਸਿੱਧਾ ਜਾਂਦਾ ਵੀਰੇ ਦਿੱਲੀ ਵੱਲੋਂ, ਅੰਬਾਲਾ ਸੋਨੀਪਤ ਪਾਣੀਪਤ ਦਿੱਲੀ, ਸੋਰੀ ਪਾਣੀਪਤ ਸੋਨੀਪਤ ਦਿੱਲੀ, ਬਹੁਤ ਮਨ ਕਰਦਾ ਯਾਰ ਘੁੰਮ ਕੇ ਆਈਏ। ਪੈਸਾ ਨਹੀਂ ਹੈ ਸਾਲਾ, ਪੈਸਾ ਹੀ ਨਹੀਂ ਹੈ ਬੰਦੇ ਕਹਿ, ਪੈਸਾ ਉਹ ਅੰਧਾ ਪੈਸਾ, ਉਹ ਬੰਦਾ ਟੈਂਕੀ ਫੁੱਲ ਕਰਾ ਕੇ ਬਸ ਗੋਮਨੇ ਫਿਰ, ਫਿਰ ਤਾਂ ਵਲੋਗਿੰਗ ਵੀ ਦੱਬ ਕੇ ਕਰੀਏ, ਹੈ ਨਾ, ਫਿਰ ਤਾਂ ਥਾਈਲੈਂਡ ਥਾਈਲੈਂਡ ਵੀ ਜਾਈਏ, ਥਾਈਲੈਂਡ ਕੀ ਹੁੰਦਾ, ਥਾਈਲੈਂਡ ਹੋ ਗਿਆ, ਆਇਰਲੈਂਡ ਹੋ ਗਿਆ, ਫਲਾਣਾ ਫਲਾਣਾ, ਹਰੇਕ ਜਗ੍ਹਾ 'ਤੇ ਘੁੰਮ ਕੇ ਆਈਏ, ਫਿਰ ਨਾ ਬੰਦਾ ਰੁਕੇ ਕਦਾ ਯਾਰ। ਆਹ ਬਹੁਤ ਗਲਤ ਕੰਮ ਹੋ ਗਿਆ ਸੀਗਾ, ਉੱਤੋਂ ਸਾਲਾ ਰਾਜਪੁਰਾ, ਉੱਤੋਂ ਆਹ ਲੋਕ ਜਿਹੜੇ ਸਾਲੇ ਰੋਂਗ ਸਾਈਡ ਚੱਲਦੇ ਨੇ, ਹੁਣ ਗੱਡੀ ਦੇਖ ਲਓ ਉੱਧਰ ਦੀ ਨਿਕਲ ਕੇ ਗਈ ਸੀਗੀ, ਕਿਤੇ ਮਾੜਾ ਜਿਹਾ ਮੇਰਾ ਧਿਆਨ ਫੋਨ ਵੱਲ ਹੁੰਦਾ ਤਾਂ ਹੋ ਗਿਆ ਸੀ ਕੰਮ, 'ਚ ਹੋ ਗਈ ਸੀ ਵਲੋਗਿੰਗ, ਇਸ ਲਈ ਕਹਿੰਦੇ ਫੋਨ ਘੱਟ ਚਲਾਓ ਜੀ, ਗੈਰੀ ਫੋਨ ਘੱਟ ਚਲਾਓ, ਹੌਲੀ ਚਲੋ, ਇੱਥੇ ਲੋਕ ਸਾਲੇ ਬੇਵਕੂਫ ਨੇ ਬਈ, ਆਪਣੀ ਆਪਣੀ ਸਾਈਡ 'ਤੇ ਚੱਲਿਆ ਕਰੋ ਯਾਰ, ਤੁਹਾਡਾ ਤਾਂ ਨੁਕਸਾਨ ਹੁੰਦਾ ਜੀ, ਤੁਸੀਂ ਅਗਲੇ ਬੰਦੇ ਦਾ ਵੀ ਕਰਦੇ ਹੋ, ਅੱਛੀ ਬਾਤ ਨਹੀਂ ਇਹ। ਰੋਂਗ ਸਾਈਡ 'ਤੇ ਜਾਣੇ ਦਾ ਮਤਲਬ ਹੀ ਨਹੀਂ ਹੈ, ਰੋਂਗ ਸਾਈਡ 'ਤੇ ਜਾਣੇ ਦਾ ਮਤਲਬ ਹੀ ਨਹੀਂ, ਅਬ ਉਹ ਦੇਖੋ ਬੜੀ ਜਿਹੀ ਜਨਤਾ, ਔਰ ਦਿਖਾਤਾ ਮੈਂ ਆਪਕੋ, ਰੁਕ ਜਾਓ, ਰੋਂਗ ਸਾਈਡ ਵਾਲੇ ਬੰਦੇ ਯਹਾਂ ਪੇ ਬਹੁਤ ਹੈ ਭਾਈ, ਰਾਜਪੁਰ ਹੈ ਜੀ, ਯਹਾਂ ਪੇ ਜਨਤਾ ਉਲਟੀ ਪੈਦਾ ਹੋਈ ਸੀ, ਉਹ ਦੇਖ ਨਹੀਂ ਹੁੰਡਾ ਹੀ ਕ੍ਰਿਟਾ ਗਾੜੀ, ਔਰ ਕਹਾਂ ਪੇ ਫਸਾ ਕੇ ਖੜਾ ਹੈ ਉਹ ਬੰਦਾ, ਦਿਖ ਰਿਹਾ ਜੀ ਨਾਲ ਹੈ।
ਇਹੋ ਜਿਹੇ ਬੰਦੇ ਤੋਂ ਸਾਵਧਾਨ ਹੁਣ ਦੱਸੋ। ਦੂਜਾ ਖਰਾਬ ਕਰ ਪਿੱਛੇ ਉਹਦੇ ਉਹ ਛੋਟਾ ਹਾਥੀ ਰੋਂਗ ਸਾਈਡ 'ਤੇ ਆਉਣ ਦਾ ਮਤਲਬ ਕੀ ਹੈ ਯਾਰ ਤੁਹਾਡਾ? ਦੱਸ ਆ ਯਾਰ ਦੱਸ ਗੱਲਾਂ ਜੇ ਗੱਲ ਦੇਖੋ ਰਾਜਪੁਰੇ ਰਸ਼ ਕਿੰਨਾ ਹੁੰਦਾ ਗਾ। ਆ ਯਾਰ ਰਾਜਪੁਰੇ ਦਾ ਚੌਂਕ ਬਹੁਤ ਜਨਤਾ ਇੱਥੇ, ਤੁਸੀਂ ਅੰਦਾਜ਼ਾ ਲਾ ਸਕਦੇ ਬਾਬੇ ਕਿੰਨੀ ਜਨਤਾ ਮੋਹਾਲੀ ਚੰਡੀਗੜ੍ਹ ਕੰਮ ਕਰਦੀ ਆ ਭਰਿਆ ਪਿਆ ਸੀ। ਚਿਤਕਾਰਾ ਵਾਲੀ ਬੱਸ ਚਲੋ ਜੀ ਚਲੋ ਜਗ੍ਹਾ ਦੇ ਦਿਓ। ਹਰਾ ਹਰਾ ਤੋਤਾ ਕਿਸਕਾ ਹੈ ਖੋਤਾ, ਚਲੋ 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 ਜਗ੍ਹਾ ਦੇ ਦਿਓ। ਰਾਜਪੁਰਾ ਵਗੈਰਾ ਕ੍ਰੋਸ ਕਰਕੇ ਆਪਾਂ ਪਹੁੰਚ ਚੁੱਕੇ ਹਾਂ, ਇੱਥੇ ਸਭ ਕੁਛ ਮਿਲ ਜਾਣਾ ਬਾਬੇ ਤੁਹਾਨੂੰ, ਖਾਣ ਪੀਣ ਨੂੰ ਵੀ, ਚਿੱਲ ਮਾਰਨ ਨੂੰ ਜਗ੍ਹਾ ਬਹੁਤ ਘੈਂਟ ਆ। ਇੱਥੇ ਬੈਠ ਕੇ ਡੋਮੀਨੋਜ਼ ਖਾਓ ਅਤੇ ਨਜ਼ਾਰੇ ਲਓ। ਇੱਕ ਹੋਰ ਪੁੱਲ 'ਤੇ ਆ ਗਏ ਆਪਾਂ ਹੁਣ, ਇਹ ਪੁੱਲ ਦਾ ਪਤਾ ਨਹੀਂ ਕਿਹੜਾ ਵੱਜਦਾ ਗਾ, ਵੈਸੇ ਸੋਚਣ ਵਾਲੀ ਗੱਲ ਆ, ਕਦੇ ਪਤਾ ਨਹੀਂ ਕਰਿਆ। ਇਹ ਪਿੰਡ ਆ ਕੋਈ ਇਹਦੇ ਲਾਗੇ, ਇਹ ਸਿੱਧਾ ਰਾਹ ਵੀ, ਇਹ ਪਿੰਡ ਦਾ ਰਾਹ ਵੀ ਨਿਕਲਦਾ ਸਿੱਧਾ ਜਾ ਕੇ ਮੋਹਾਲੀ ਲਾਂਡਰਾ ਕੋਲ। ਮੈਂ ਜਿਹੜੇ ਮਰਜ਼ੀ ਰਾਹ ਫੜ ਲਓ ਯਾਰ, ਨਿਕਲਦਾ ਜਾਂਦੀ ਆ ਕਿਤੇ ਨਾ ਕਿਤੇ ਜਾ ਕੇ, ਹੈ ਨਾ। ਅਤੇ ਆਪਾਂ ਹੁਣ ਪਹੁੰਚ ਗਏ ਹਾਂ ਚਿਤਕਾਰਾ ਦੇ ਲਾਗੇ, ਉਹ ਸਾਹਮਣੇ ਚਿਤਕਾਰਾ ਹੀ ਆ ਜਿਹੜੀ ਧੁੰਦਲੀ ਧੁੰਦਲੀ ਜਿਹੀ ਦਿੰਦੀ ਆ। ਬਾਬੇ ਇਹਦਾ ਇਲਾਜ ਕਰਾਉਣਾ ਜਿਹੜਾ, ਆਹ ਗੱਲਾਂ ਦਿਖ ਰਹੀਆਂ ਮੇਰੇ ਛਾਈਆਂ ਪੈ ਰਹੀਆਂ ਬੈਕ ਬੈਕ, ਆਹ ਆਹ ਵਾਲੇ ਚੇਤੇ ਤਾਂ ਗੱਲਾਂ 'ਤੇ। ਅਤੇ ਜੇ ਕੋਈ ਕਰਦਾ ਹੋਇਆ, ਤੁਹਾਡੇ ਕੋਈ ਨੌਨ 'ਚ ਕਰਦਾ ਹੋਇਆ ਹੈ ਨਾ ਫ੍ਰੀ 'ਚ, ਉਹ ਮਤਲਬ ਰਸਤੇ 'ਚ ਬਹੁਤ ਪੈਸਾ ਨਹੀਂ ਲਾਉਣਾ ਆਪਾਂ ਨੇ, ਕਰਦਾ ਹੈ ਤਾਂ ਦੱਸਿਓ ਯਾਰ ਕਰਾਈਏ, ਹੈ ਨਾ। ਹੋਰੇ ਤਰ੍ਹਾਂ ਦੇ ਲੱਗਦਾ ਦਾਗਲੀ ਜਾਂ ਦਾਗੀ ਦਾਗੀ ਹੋਇਆ ਪਿਆ, ਜਦੋਂ ਮੈਨੂੰ ਖੰਘ ਜਿਹੀ ਹੋ ਜਾਂਦੀ ਆ, ਮੂੰਹ ਥੋੜ੍ਹਾ ਸੁੱਜਿਆ ਜਾਂਦਾ ਜਿਹੜਾ ਤੁਹਾਨੂੰ ਲੱਗ ਰਿਹਾ ਬੈਠੀ ਬੈਠੀ ਆ। ਚਲੋ ਆਪਾਂ ਤੁਹਾਨੂੰ ਬੁਲਾਓ ਦਿਖਾਈਏ ਯਾਰ ਕਰ। ਆਹ ਦੇਖ ਲਾ ਮਰੂਤੀ ਦਾ ਫੁੱਲ ਐਂਡ ਫਾਈਨਲ ਫਾਇਦਾ, ਫੁੱਲ ਟੂ ਫਟਾਕ ਫਾਇਦਾ ਚੱਕੀ ਜਾਂਦਾ ਬੰਦਾ, ਪੈਪ ਫੁੱਟੀ ਜਾਂਦਾ, ਪੈਪ ਪੈਪ ਕੀ ਆ ਸਾਈਡ 'ਤੇ ਹੈ ਤਾਂ ਇਹ ਕੰਮ ਰਿਸਕੀ ਆ, ਪਰ ਇੰਡੀਆ 'ਚ ਸਭ ਕੁਝ ਚੱਲਦਾ ਹੈ, ਸਭ ਚੱਲਦਾ ਹੈ ਜਾਂ ਫਿਰ ਸਭ ਚੱਲਦਾ ਹੈ। ਉਹ ਆ ਗਿਆ ਬਾਈ ਜੀ ਨੀਲਮ ਹੋਸਪਿਟਲ, ਅਤੇ ਮੇਰੀ ਜਾਨ ਤੋਂ ਪਿਆਰੀ ਚਿਤਕਾਰਾ, ਇਹਦੇ ਨਾਲ ਦਾ ਬਹੁਤ ਪਿਆਰਾ। ਇੱਕ ਸੁਪਨਾ ਸੀ ਮੇਰਾ ਇੱਕ ਚਿਤਕਾਰਾ 'ਚ ਪੜ੍ਹਨ ਦਾ, ਇੱਕ ਸੀਗਾ ਉੱਥੇ ਥਾਪੜ ਯੂਨੀਵਰਸਿਟੀ, ਹੈ ਨਾ, ਅਤੇ ਦੋਨੇ ਬੁਰੇ ਨਹੀਂ ਹੋਏ ਸਾਲੇ। ਕੋਈ ਨਹੀਂ, ਜੋ ਰੱਬ ਕਰਦਾ ਚੰਗੇ ਲਈ ਕਰਦਾ, ਕਦੇ ਸਾਡਾ ਵੀ ਟਾਈਮ ਆਊ। ਆਹ ਕਾਲਜ ਵਗ ਜਾਂਦੇ ਤਾਂ ਇਹਨਾਂ ਨੂੰ ਦੇਖ ਕੇ ਐਂ ਲੱਗਦਾ ਵੀ ਇੱਕ ਵਾਰ ਦੁਬਾਰਾ ਹੋਲੇ, ਹੈ ਨਾ, ਐਡਮਿਸ਼ਨ ਕਰਾ ਲਈਏ ਕਿਸੇ ਕਾਲਜ 'ਚ। ਮੈਂ ਕਿਸੇ 'ਚ ਨਹੀਂ, ਮੇਰਾ ਤਕਰੀਬਨ ਸਿਰਫ ਦਿਲ ਕਰਦਾ ਜਾਂ ਤਾਂ ਚਿਤਕਾਰਾ ਜਾਂ ਚੰਡੀਗੜ੍ਹ ਯੂਨੀਵਰਸਿਟੀ ਜਾਂ ਪੰਜਾਬੀ ਯੂਨੀਵਰਸਿਟੀ। ਬੰਦੇ ਕਹਿਣਗੇ, ਕਈ ਤਾਂ ਬਾਈ ਕਹਿਣਗੇ ਵੀ ਰੌਣਕ ਮੇਲਾ ਜਿੱਥੇ ਹੈਗਾ ਬਾਈ ਨੇ ਉਹਨਾਂ ਦੀ ਨਾਮ ਲਏ ਨੇ ਯਾਰ, ਪਤਾ ਇੱਕ ਮਾਹੌਲ ਜਿਹਾ ਹੁੰਦਾ ਯਾਰ, ਹੈ ਨਾ, ਮਾਹੌਲ ਸਮਝਦੇ ਹੋ ਤੁਸੀਂ ਕੀ ਮਾਹੌਲ, ਬਸ ਉਹ ਚਿੱਲ ਮਾਰਨ ਵਾਲੀ ਜ਼ਿੰਦਗੀ, ਹਾਂ ਉਹ ਚਾਹੀਦੀ ਆ। ਨਾ ਵੀ ਲਾਈਫ ਵਧੀ ਆ, ਨੌਕਰੀਆਂ ਕਰੀਆਂ ਨੇ, ਪਰ ਜਿਹੜਾ ਉਹ ਆ ਪੜ੍ਹਾਈ ਦੇ ਟਾਈਮ ਵਾਲਾ, ਕਲਾਸ ਦੇ ਵਿੱਚ ਕਲਾਸ ਤੋਂ ਬਾਅਦ ਬਾਹਰ ਮਿਲਣਾ ਮਿੱਤਰ ਪਿਆਰਿਆਂ ਨੂੰ, ਠੀਕ ਆ, ਉਹ ਮਤਲਬ ਅੱਡੇ ਚੀਜ਼ ਆ। ਉਹ ਲਾਈਫ ਮੇਰੀ ਲੰਘ ਚੁੱਕੀ ਆ, ਉਮਰ ਪਤਾ ਨਹੀਂ ਮੇਰੀ 25-26 ਸਾਲ ਦਾ ਹੋ ਗਿਆ ਮੈਂ, ਅਤੇ ਮੈਨੂੰ ਨਹੀਂ ਲੱਗਦਾ ਮੈਨੂੰ ਦੁਬਾਰਾ ਮੌਕਾ ਮਿਲੂਗਾ ਜ਼ਿੰਦਗੀ 'ਚ ਤਾਂ ਕਾਲਜ ਪੜ੍ਹਨ ਦਾ। ਅਤੇ ਆ ਕੇ ਸਾਲਾ ਦੁੱਖ ਲੱਗਦਾ ਜੀ, ਕਹਿੰਦਾ ਰੋਲੀਏ ਓਏ ਰੋਲੀਏ ਓਏ ਰੋਲੀਏ, ਕੀ ਕਰੀਏ ਹੁਣ। ਆ ਗਿਆ ਗਿਆਨ ਸਾਗਰ, ਗਿਆਨ ਤਾਂ ਬਹੁਤ ਆ, ਮਤਲਬ ਸਾਗਰ ਕਿਤੇ ਹੈ ਨਹੀਂ, ਗਿਆਨ ਦਾ ਸਾਗਰ ਹੈ। ਹੋਸਪਿਟਲ ਵੀ ਆ ਵਿੱਚ, ਪੜ੍ਹਾਉਣ ਦਾ ਵੀ, ਡਿਪਾਰਟਮੈਂਟ ਹੈਗਾ ਇਹਨਾਂ ਦਾ, ਸਭ ਕੁਛ ਆ। ਉਹ ਆ ਗਿਆ ਸਵਾਈਟ, ਮੇਰੇ ਖਿਆਲ 'ਚ ਸਵਾਈਟ ਹੀ ਕਹਿੰਦੇ ਨੇ, ਬਾਕੀ ਤੁਹਾਨੂੰ ਪਤਾ ਹੋਊਗਾ ਕੀ ਕਹਿੰਦੇ ਨੇ, SWIT ਸਵਾਈਟ ਜੋ ਵੀ ਆ।
ਗਿਆਨ ਸਾਗਰ ਕਾਲਜ ਆ ਜਿੱਧਰ ਇੱਧਰ ਪੜ੍ਹਾਈ ਹੁੰਦੀ ਹੈ, ਇੱਧਰ ਨਰਸਿੰਗ ਕਰਨ ਵਾਸਤੇ ਜਨਤਾ ਨੂੰ ਭੇਜ ਦਿੰਦਾ ਨੇ ਘਰੋਂ ਜਾ ਕੇ ਟ੍ਰੇਨਿੰਗ, ਇਹਨਾਂ ਦਾ ਕੰਮ ਫ੍ਰੀ 'ਚ ਚੱਲੀ ਜਾਂਦਾ ਗਾ। ਮੈਂ ਤਾਂ ਇਹ ਚੀਜ਼ ਕਹੂੰਗਾ ਜਿਹੜੇ ਬੰਦੇ ਕਾਲਜ ਪੜ੍ਹਦੇ ਪੈਣ ਨਾ, ਬਾਬੇ ਲਾਈਫ ਨੂੰ ਪੂਰਾ ਇੰਜੋਏ ਕਰੋ। ਐਸੀ ਕੀਤਾ ਐਸੀ ਜਦੋਂ ਤੁਹਾਡੀ ਪੜ੍ਹਾਈ ਖਤਮ ਹੋ ਗਈ ਨਾ, ਜ਼ਿੰਦਗੀ ਦੀ ਹੋ ਜਾਂਦੀ ਆ, ਅਤੇ ਫਿਰ ਦੁਬਾਰਾ ਮੌਕਾ ਨਹੀਂ ਮਿਲਦਾ ਉਹ ਲਾਈਫ ਜੀਣ ਦਾ, ਹੈ ਨਾ। ਐਂ ਨਹੀਂ ਮੈਂ ਕਹਿੰਦਾ ਲਾਈਫ ਬੇਕਾਰ ਆ, ਆਪਣੀ ਜ਼ਿੰਦਗੀ ਬੇਕਾਰ ਆ, ਵੀ ਹਾਂ ਹੁਣ ਪੂਰੀ ਆਜ਼ਾਦੀ ਆ, ਆਪਣਾ ਕਮਾਓ ਖਾਓ ਜੋ ਮਰਜ਼ੀ ਕਰੋ, ਹੈ ਨਾ। ਉਹ ਪਾਬੰਦੀ ਨਹੀਂ ਹੈਗੀ ਜਿਹੜੀ ਕਾਲਜ ਟਾਈਮ ਹੁੰਦੀ, ਬਟ ਜਿਹੜੀ ਉਹ ਅੰਦਰ ਵਾਲੀ ਲਾਈਫ ਹੁੰਦੀ ਆ ਨਾ ਕਾਲਜ ਵਾਲੀ, ਬਾਈ ਐਜ਼ ਏ ਸਟੂਡੈਂਟ ਜਿਹੜੀ ਆਪਾਂ ਪੜ੍ਹਾ ਜੀਂਦੇ ਹਾਂ, ਉਹ ਅਲੱਗ ਚੀਜ਼ ਆ। ਉਹਨੂੰ ਫੀਲ ਕਰੋ, ਪੂਰਾ ਇੰਜੋਏ ਕਰੋ ਯਾਰ, ਐਂ ਨਾ ਜਾਓ ਕਾਲਜ ਮੂੰਹ ਲਟਕਾ ਕੇ, ਹੈ ਨਾ। ਪੜ੍ਹੋ, ਕਲਾਸ ਵੀ ਜਾਂ ਕਲਾਸ 'ਚ ਵੀ ਬੈਠੋ, ਅਤੇ ਉਹਤੋਂ ਬਾਅਦ ਜਿਹੜਾ ਆਪਣਾ ਸਰਕਲ ਆ ਕਲਾਸ ਵਾਲਾ ਉਹਦੇ ਨਾਲ ਨੇੜਤਾ ਵਧਾਓ, ਚਿੱਲ ਮਾਰੋ, ਜ਼ਿੰਦਗੀ ਦੇ ਨਜ਼ਾਰੇ ਲਓ ਯਾਰ। ਹਾਂ ਆ ਕੇ ਜਾਂਦੀ ਹੈ XUV 500, ਟਾਇਰ ਦੇ ਲਾ ਕਿੱਡੇ ਬਾਹਰ ਖੜ੍ਹਾਏ ਨੇ ਬੰਦੇ ਨੇ। ਲਓ ਭਾਈ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਬਨੂੜ, ਆ ਉੱਤੇ ਬ੍ਰੇਕ ਵੱਜਦੇ ਨੇ ਬਾਬੇ, ਲੋਕ ਥੋੜ੍ਹਾ ਥੋੜ੍ਹਾ ਬ੍ਰੇਕ ਮਾਰਦੇ ਨੇ, ਭੀੜ ਬਹੁਤ ਹੋ ਜਾਂਦੀ ਆ, ਪਤਾ ਹੀ ਲੱਗਦਾ ਕਿ ਕੌਣ ਆ ਗਿਆ, ਕਦੋਂ ਆ ਗਿਆ, ਕਿੱਥੇ ਆ ਗਿਆ। ਅਤੇ ਸੁੰਦਰ ਆ ਜਾਂਦੀ ਕਿਸੇ ਦੀ XUV, ਸੋਹਣੀ ਬਹੁਤ ਲੱਗਦੀ ਹੈ ਯਾਰ, ਟਾਇਰ ਬਾਹਰ ਕਢਾ ਕੇ ਆਪਾਂ ਵੀ ਕਰਾ ਲਈਏ। ਆਹੋ ਯਾਰ ਚੰਡੀਗੜ੍ਹ ਚਲਾਉਣੀ ਆ, ਪਤਾ ਲੱਗੇ ਰੋਜ਼ ਚਲਾਉਣ ਲੈ ਕੇ ਪਹੁੰਚਿਆ ਕਰੀਏ ਘਰੇ, ਇੱਕ ਐਂ ਠੀਕ ਆ ਕੰਮ। ਹੁਣ ਆਪਾਂ ਇੱਥੋਂ ਚੜ੍ਹਾਂਗੇ ਪੁੱਲ, ਪੁੱਲ ਚੜ੍ਹ ਕੇ ਫਿਰ ਆਪਾਂ ਹੋਵਾਂਗੇ ਰੋਂਗ ਸਾਈਡ ਤੋਂ ਥੱਲੇ। ਅੱਜ ਭੀੜ ਤਾਂ ਹੈ ਨਹੀਂ, ਥੱਲੇ ਲੰਘ ਸਕਦਾ ਸੀ ਮੈਂ, ਪਰ ਫਿਰ ਵੀ ਆਦਤ ਨਹੀਂ ਹੈਗੀ ਬ੍ਰੇਕਰਾਂ ਦੀ ਗੱਡੀ ਚਲਾਉਣ ਦੀ, ਇਹ ਸਿੱਧਾ ਹੀ ਚੱਲੇ। ਚੈੱਕ ਕਰੋ ਗੱਡੀ, ਜਾਂਦੀ ਹੈ, ਖਿੱਚਦਾ ਬੰਦਾ ਪੂਰਾ ਦੱਬ ਕੇ ਗੱਡੀ ਨੂੰ, ਸੋਹਣੀ ਬਹੁਤ ਲੱਗਦੀ ਹੈ। ਬਲੈਕ ਗੱਡੀ ਜਿਹੜੀ ਮਰਜ਼ੀ ਹੋਵੇ ਚੱਜਦੀ ਹੈ ਯਾਰ। ਕਾਰਾਂ ਦੇ ਵਿੱਚ ਇਹ ਆ ਗਿਆ ਆਪਾਂ ਬਨੋੜ, ਬਨੋੜ ਤੋਂ ਇੱਥੋਂ ਗੱਡੀ ਮੋੜ ਲਾਂਗੇ ਆਪਾਂ ਰਾਈਟ, ਰਾਈਟ 'ਤੇ ਮੋੜ ਕੇ ਆਪਾਂ ਫਿਰ ਚੜ ਜਾਂਗੇ ਲਾਂਡਰ ਵਾਲੇ ਰੋਡ 'ਤੇ ਬਾਈ ਜੀ। ਬਸ ਆਪਾਂ ਆ ਗਏ ਹਾਂ ਸਲੇਟੇ, ਸਨੇਡਾ 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 ਸਨੇਡਾ। ਬਸ ਇਹ ਤੋਂ ਬਾਅਦ ਆਪਾਂ ਪਹੁੰਚ ਜਾਣਾ ਆਪਣੇ ਤਾਂ, ਖੰਘ ਬਹੁਤ ਤੰਗ ਕਰਦੀ ਹੈ ਮੈਨੂੰ ਯਾਰ, ਮੈਂ ਦੁਖੀ ਹੋ ਗਿਆ ਇਸ ਤੋਂ। ਕਿਸੇ ਉਹ ਤਕੜਾ ਇਲਾਜ ਹੈਗਾ ਦੱਸ ਦਿਓ, ਆਹ ਨਾ ਦੱਸਿਓ ਲਿੰਬੂ ਸ਼ਾਇਦ ਫਾਣਾ ਫਾਣਾ, ਉਹ ਵਧੀਆ ਇਲਾਜ ਦੱਸਿਓ ਵੀ ਹਾਂ ਇਹ ਕਰ, ਜਿਹਦੇ ਨਾਲ ਹੋਏ ਕੋਈ ਜਾਂ ਵਧੀਆ ਦਵਾਈ ਦੱਸਿਓ ਜਿਹਦੇ ਨਾਲ ਹੋ ਜਾਏ ਅਸਰ। ਹਰ ਸਿਆਲ ਚ ਆਉਂਦੀ ਆ, ਹਰ ਸਰਦੀਆਂ 'ਚ, ਹਰ ਵਾਰ ਆਉਂਦੀ ਹੈ, ਬਹੁਤਾ ਪਿਆਰ ਆ ਸਾਲੀ ਮੇਰਾ ਨਾਂ ਕਿਉਂ ਆਉਂਦੀ ਹੈ ਹਰ ਵਾਰ। ਜਨਤਾ ਅੱਗੇ ਆ ਜਾਂਦੀ ਹੈ, ਗੱਡੀ ਦਾ ਫਲੋ ਹੀ ਖਤਮ ਕਰ ਦਿੰਦੀ ਹੈ, ਫਲੋ ਹੀ ਖਤਮ ਕਰ ਦਿੰਦੀ ਹੈ। ਤੁਰ ਸਿਰ ਪਾਪ ਜਿੰਦਾ ਮੁਰਗੇ ਉੱਡੀ ਜਾਂਦਾ। ਉਹ ਚੱਕ ਬਾਬੇ ਅੱਜ ਦੇਖਣ ਨੂੰ ਮਿਲੀ ਹੈ ਚੀਜ਼, ਮੈਂ ਕਿਹਾ ਕੀ ਭਰਾ ਦਾ ਖਬਰ ਜਾਂਦੀ ਹੈ ਟ੍ਰੇਨ, ਟਾਈਮਿੰਗ ਚੈੱਕ ਕਰੋ ਬਾਬੇ, ਉਹ ਟਾਈਮਿੰਗ ਦਾ ਵੀ ਸੱਟ ਬੈਠ ਗਿਆ ਅੱਜ ਟ੍ਰੇਨ ਦੇਖੀ ਆਪਾਂ ਨੂੰ, ਇਹ ਬਾਤ ਇਹ ਸਾਰੀ ਹੈਗੀ ਹੈ ਰੁਚੀ ਆ, ਘੈਂਟ ਜੀ ਏ ਸੀ ਜਿਹੜੀ ਲੱਗਦੀ ਹੈ। ਇੱਧਰ ਦਰਸ਼ਨ ਕਰਾਉਣਾ ਜੀ ਸ਼ਾਇਦ ਹੋ ਜਾਣਾ, ਇਹ ਬਾਤ ਹੋ ਜਾਂਦੀ ਹੈ ਭਾਅ ਜੀ, ਲਾਂਘੀ ਲਾਂਘੀ ਲਾਂਘੀ। ਦੇਖ ਲਓ ਮੌਸਮ ਕਿੰਨਾ ਘੈਂਟ ਹੋਇਆ ਪਿਆ, ਸੂਰਜ ਦੀ ਧੁੱਪ ਜਦੋਂ ਪੈਂਦੀ ਹੈ ਨਾ ਪੀਲੇ ਪੀਲੇ ਫੁੱਲਾਂ 'ਤੇ, ਤਾਂ ਜਦ ਸ਼ਾਮ ਲਾ ਦਿੰਦੇ ਜੀ ਬੈਠੇ ਹੋ, ਦੇਖੋ ਜੀ ਦੇਖੋ।
ਆਪਾਂ ਕਿਵੇਂ ਗੱਡੀ ਚਲਾਈ ਜਾਂਦਾ ਸੀਗਾ ਨਾ, ਇੰਡੀਕੇਟਰ ਚਲਾ ਕੇ ਸਾਰੇ, ਤਾਂ ਬਹੁਤ ਸੋਹਣਾ ਵਿਊ ਆ ਬਾਬੇ, ਬਹੁਤ ਸੋਹਣਾ। ਤੁਹਾਨੂੰ ਮੈਂ ਦੱਸ ਨਹੀਂ ਸਕਦੀ ਕਿੰਨਾ ਸੋਹਣਾ। ਮੋਹਾਲੀ ਨੂੰ ਚਾਰ ਚੰਨ ਲਾਤੇ ਪਤੰਦਰ ਨੇ, ਗਸ਼ ਪਾ ਛੱਡਿਆ ਗਸ਼। ਲੋਕੇਸ਼ਨ ਬੜੀ ਸੋਹਣੀ ਬਣਾਉਂਦੇ ਨੇ, ਇੱਕ ਤਾਂ ਇਹ ਹੈ ਨਾ ਕਲਰ ਜਿਹੜਾ ਰੱਖਦੇ ਨੇ ਮਿੱਟੀ ਕਲਰ ਜਿਹਾ ਰੰਗ ਕਰਦੇ ਨੇ, ਉਹ ਤਾਂ ਸੋਹਣਾ ਹੀ ਬਹੁਤ ਲੱਗਦਾ, ਨਜਾਇਜ਼ ਸੋਹਣਾ ਲੱਗਦਾ ਗਾ। ਪੈਸੇ ਨਹੀਂ ਹੈਗੇ ਫਲੈਟ ਲੈ ਲਈ ਆਪਾਂ ਇੱਥੇ, ਪਰ ਲੈਣਾ ਬਣਦਾ, ਲੈ ਲਾਂਗੇ ਰੱਬ ਸੁੱਖ ਰੱਖੇ, ਲੈ ਲਾਂਗੇ ਫਲੈਟ ਵੀ ਲੈ ਲਾਂਗੇ। ਇਹ ਤਾਂ ਆਪਾਂ ਮੁੜਾਂਗੇ ਰਾਈਟ, ਪਿੱਛੇ ਤਾਂ ਨਹੀਂ ਮੁੜੇ, ਉੱਥੇ ਸੜਕ ਟੁੱਟੀ ਹੋਈ ਸੀਗੀ, ਅੱਗੇ ਜਾ ਕੇ ਫਿਰ ਪਾਣੀ 'ਚ ਖੱਡ ਪੱਟਣ ਬਹੁਤ ਕੁਛ ਹੁੰਦਾ ਗਾ। ਇਹ ਤਾਂ ਵੱਡਾ ਉਹਨਾਂ ਗੱਡੀ ਉੜਿਆ ਦੇ ਵੱਡਾ ਵੀ, ਪੁਰਾਣਾ ਸੱਭਿਆਚਾਰ ਆਪਣਾ, ਬੈਠੀਆਂ ਬੀਬੀਆਂ ਬੱਸ ਸਟੋਪ 'ਤੇ। ਇੱਥੋਂ ਆਪਾਂ ਗੱਡੀ ਮੋੜ ਲੈਣੀ ਆ, ਇੰਡੀਕੇਟਰ ਦਿੱਤੇ ਹੋਏ ਨੇ, ਹੌਲੀ ਹੌਲੀ ਮੋੜਦੇ ਪਏ ਆ ਸਾਰੇ। ਚਲੋ ਜੀ ਆਹ ਚੈੱਕ, ਮੈਨੂੰ ਬਹੁਤ ਸੋਹਣੀ ਲੱਗਦੀ ਆ ਹਰਿਆਲੀ ਨਾ, ਛੱਡ ਦੇ ਗੱਲਾਂ, ਆਹ ਚੈੱਕ ਕਰੋ ਹੁਣ ਆ ਗਿਆ ਦੁਬਈ। ਓ ਹਬੀਬ ਆਉਂਦਾ ਫਿਰ ਹਬੀਬੀ ਹਬੀਬੀ, ਪਰ ਕੀ ਸੋਚ ਕੇ ਬਣਾਇਆ, ਪਰ ਬਣਾਇਆ ਬਹੁਤ ਸੋਹਣਾ ਯਾਰ ਇਹਨਾਂ ਨੇ, ਮਤਲਬ ਐਂਡ ਕਰਾ ਛੱਡੀ ਆ। ਪਤਾ ਕਰਿਆ ਸੀ ਰੇਟ ਵੀ ਬਹੁਤ ਨਜਾਇਜ਼ ਬੋਲਦੇ ਨੇ, ਬਹੁਤ ਨਜਾਇਜ਼। ਠੇਕਾ ਚਾਹੇ ਕਰੋਨਾ ਆ ਜਾਏ ਜਾਂ ਫਰੋਨਾ ਆ ਜਾਏ, ਇਹਨੇ ਬੰਦ ਨਹੀਂ ਹੋਣਾ। ਆਪਾਂ ਤਕਰੀਬਨ ਪਹੁੰਚ ਚੁੱਕੇ ਹਾਂ ਆਪਣੇ ਟਿਕਾਣੇ 'ਤੇ। ਅਤੇ ਬਾਈ ਸਾਹਿਬ ਤਰੰਗ ਲੇਖਣ ਦੇ ਕਿਆ ਬਾਤ ਹੈ, ਸਫਾਈ ਮੋਹਾਲੀ ਉਹ ਪੂਰਾ ਅਪਾਰਟਮੈਂਟ ਨਾਲ ਹੀ ਹੋਮਸ ਨਵਾਂ ਬਣਦਾ ਪਿਆ ਕੁਛ, ਇਸ ਕਰਕੇ ਜਨਤਾ ਮੋਹਾਲੀ ਹੀ ਰਹਿਣਾ ਪਸੰਦ ਕਰਦੀ ਆ। ਆਪਾਂ ਪਹੁੰਚ ਗਏ ਗੋਲਡ ਕੋਲ, ਤਕਰੀਬਨ ਜਿਹੜੀ ਉਹ ਸਾਹਮਣੇ ਲਾਈਟਾਂ ਨੂੰ ਕਹਿੰਦੇ ਨੇ ਅਜੀਤ ਚੌਂਕ ਦੀਆਂ ਲਾਈਟਾਂ। ਅਤੇ ਬਾਈ ਜੀ ਆਪਾਂ ਕਰਦੇ ਹਾਂ ਵੀਡੀਓ ਇੱਥੇ ਖਤਮ, ਅਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਅਤੇ ਉਦੋਂ ਲਈ ਟਾਟਾ ਬਾਏ ਬਾਏ ਬਾਏ।